हेलो एवरीवन वेलकम गुड इवनिंग टू ऑल ऑफ यू दिस इज गरिमा यंगस्ट टीचर एंड टुडे वी आर बैक अगेन विद आवर मास्टरक्लासर सीरीज इंग्लिश एंड वी आर स्टार्टिंग विद द इंडियन राइटर्स सो इंडियन राइटर्स ਦੇ ਵਿੱਚ ਜੋ ਹੈ ਅਸੀਂ ਨੀਤਾ ਦੇਸਾਈ ਦੇ ਬਾਰੇ ਡਿਸਕਸ਼ਨ ਕੀਤੀ ਸੀ ਸੋ ਟੂਡੇ ਵੀ ਆਰ ਡਿਸਕਸਿੰਗ ਦਾ పార్ਟ ਬੀ ਆਫ ਅਨੀਤਾ ਦੇਸਾਈ ਯੈਸਟਰਡੇ ਵਾਲੇ ਟਾਪਿਕ ਦੇ ਵਿੱਚ ਅਸੀਂ ਜੋ ਗੱਲ ਕੀਤੀ ਸੀ ਉਹ ਅਸੀਂ ਕੀਤੀ ਸੀ ਅਨੀਤਾ ਦੇਸਾਈ ਦੇ ਵਰਕਸ ਦੀ ਇੰਪੋਰਟੈਂਟ ਜੋ ਹੈ ਉਸ ਦੀ ਬਾਇਓਗ੍ਰਾਫੀ ਦੀ ਉਸ ਦੇ ਵਰਕਸ ਦੀ ਉਸ ਦੇ ਲਾਈਫ ਤੇ ਬਾਰੇ ਅੱਜ ਜੋ ਹੈ ਅਸੀਂ ਇੰਪੋਰਟੈਂਟ ਜਿਹੜਾ ਉਹਨਾਂ ਦੇ ਵਰਕਸ ਹੈਗੇ ਆ ਉਹਨਾਂ ਦੇ ਬਾਰੇ ਵਿੱਚ ਡੀਟੇਲ ਦੇ ਵਿੱਚ ਜੋ ਹੈ ਸਟੱਡੀ ਕਰਾਂਗੇ ਕਿ ਉਹਨਾਂ ਦੇ ਵਿੱਚੋਂ ਅਗਰ ਕੋਈ ਕੁਐਸਚਨ ਫਰੇਮ ਹੋ ਜਾਏ ਤਾਂ ਸਾਨੂੰ ਉਸ ਦਾ ਜਵਾਬ ਪਤਾ ਹੋਵੇ ਠੀਕ ਹੈ ਜੀ ਸੋ ਸਟਾਰਟ ਕਰਦੇ ਆ ਸਾਡੇ ਫ੍ਰੀ WhatsApp ਗਰੁੱਪਸ ਦਾ ਹਿੱਸਾ ਬਣਨ ਲਈ ਤੁਸੀਂ ਆਪਣਾ ਨੇਮ ਆਪਣਾ ਪੇਪਰ ਆਪਣੀ ਸਿਟੀ ਠੀਕ ਹੈ ਤੁਸੀਂ ਮੇਲ ਹੋ ਜਾਂ ਫੀਮੇਲ ਹੋ ਟਾਈਪ ਕਰੋ ਜੋ ਨੰਬਰ ਤੁਹਾਡੇ ਸਕਰੀਨ 'ਤੇ ਸ਼ੋ ਹੋ ਰਿਹਾ ਹੈ ਤੇ ਮੈਸੇਜ ਕਰੋ ਅਸੀਂ ਤੁਹਾਨੂੰ ਜੋ ਹੈ ਐਡ ਕਰ ਲਾਂਗੇ साइ ऑनलाइन बैचेस जो ने लगातार चल रहे हैं ई टी टी फाइव नाइन नाइन फोर पोस्ट मास्टर एंड मिस्टेडर फोर वन सिक्स वन पी टी आई टू थाउजेंड आर्ट एंड क्राफ्ट टू फिफ्टी पोस्ट वास्ते जो है लगातार सारे जो लेक्चर्स है uh, कोचिंग जो है चल रही है इफ़ यू आर विलिंग टू एनरोल एनी कोई भी जो ती अगर लैना चाहते हो है ना इन्होंने कोई भी टॉपिक जो सॉरी uh, कोई भी जो है एग्जामी प्र क्रैक करना चाहते हो तो उसकी कोचिंग चाहते हो तो प्लीज़ जो है ਸਾਡੇ ਕੈਡ ਬਜ਼ਾਰ ਅਕੈਡਮੀ ਤੇ ਕਾਲ ਕਰੋ ਜੋ ਨੰਬਰ ਤੁਹਾਡੇ ਸਕਰੀਨਸ ਉੱਪਰ ਸ਼ੋ ਹੋ ਰਿਹਾ ਹੈ ਸੋ ਅੱਜ ਜੋ ਹੋਇਆ ਸੀ ਇੰਪੋਰਟੈਂਟ ਵਰਕਸ ਜੋ ਹੈ ਬਰੀਫ ਵਿੱਚ ਉਹਨਾਂ ਦੀ ਡਿਸਕਸ਼ਨ ਕਰਾਂਗੇ ði very first novel is the cry the peacock ਹਾਂਜੀ cry the peacock ਜੋ ਹੈ ਸਭ ਤੋਂ ਪਹਿਲਾ ਨੋਵਲ ਹੈ ਸਾਡੀ ਅਨੀਤਾ ਦੇਸਾਈ ਜੀ ਤਾਂ ਅਨੀਤਾ ਦੇਸਾਈ ਜਿਨਾਂ ਨੂੰ ਮਦਰ ਆਫ ਇੰਡੀਅਨ ਸਾਈਕੋਲੋਜੀਕਲ ਨੋਵਲ ਵੀ ਕਿਹਾ ਜਾਂਦਾ ਹੈ ਅਥ ਸਾਹਿਤਿਅਕ ਅਕਾਦਮੀ ਅਵਾਰਡ ਦੇਖ ਕੇ ਤੁਹਾਡੇ ਚ ਕੁਝ ਬੱਚਿਆਂ ਨੂੰ ਕਨਫਿਊਜ਼ਨ ਹੋਣੀ ਚਾਹੀਦੀ ਕਿਉਂਕਿ ਅਸੀਂ ਯੈਸਟਰਡੇ ਦੇ ਟਾਪਿਕ ਦੇ ਵਿੱਚ ਇਹ ਗੱਲ ਕਹੀ ਸੀ ਕਿ ਸਾਹਿਤਿਅਕ ਅਕਾਦਮੀ ਅਵਾਰਡ ਤਾਂ ਸਿਰਫ ਇੱਕੋ ਹੀ ਨੋਵਲ ਨੂੰ ਮਿਲਿਆ ਸੀ that is ਫਾਇਰ ਔਨ ਦਾ ਮਾਊਂਟੇਨ ਸੋ ਇੱਥੇ ਸਾਹਿਤਿਅਕ ਅਕਾਦਮੀ ਅਵਾਰਡ ਕਿਉਂ ਲਿਖਿਆ ਹੋਇਆ ਸੋ ਤੁਹਾਨੂੰ ਚੀਜ਼ ਯਾਦ ਕੀ ਰੱਖਣੀ ਹੈ ਕਿ ਕ੍ਰਾਈ ਦਾ ਪੀਕਾਕ ਉਹ ਨੋਵਲ ਹੈ ਜਿਸ ਨੂੰ ਸਾਹਿਤਿਅਕ ਅਕਾਦਮੀ ਅਵਾਰਡ ਵਾਸਤੇ ਨੋਮੀਨੇਟ ਕੀਤਾ ਗਿਆ ਸੀ ਬਟ ਮਿਲਿਆ ਨਹੀਂ ਸੀ ਮਿਲਿਆ ਸੀ ਫਾਇਰ ਔਨ ਦਾ ਮਾਊਂਟੇਨ ਦੇ ਵਾਸਤੇ ਠੀਕ ਹੈ ਜੀ ਫਾਇਰ ਔਨ ਦਾ ਮਾਊਂਟੇਨ ਵਾਸਤੇ ਇਹਨਾਂ ਨੂੰ ਜੋ ਹੈ ਅਵਾਰਡ ਮਿਲਿਆ ਸੀ ਨੈਕਸਟ ਹੈ ਜਿਹੜੀ ਮੇਨ ਚੀਜ਼ਾਂ ਨੇ ਫਰਸਟ ਚੀਜ਼ ਜੋ ਸੀ ਹਮੇਸ਼ਾ ਕਹਿੰਨੇ ਆ ਕਿ ਯਾਦ ਹੋਣੀ ਚਾਹੀਦੀ ਹੈ ਸਾਨੂੰ ਵੈਰੀ ਫਰਸਟ ਥਿੰਗ ਹਮੇਸ਼ਾ ਯਾਦ ਰੱਖਣੀ ਚਾਹੀਦੀ ਤਾਂ ਫਰਸਟ ਨੋਵਲ ਤੁਹਾਨੂੰ ਯਾਦ ਹੋਣਾ ਚਾਹੀਦਾ ਹੈ ਇਸ ਦੇ ਵਿੱਚ ਕੁਐਸਚਨਸ ਆ ਸਕਦੇ ਨੇ ਕਿਉਂਕਿ ਇੰਪੋਰਟੈਂਟ ਵਰਕ ਹੈ ਪਹਿਲੀ ਚੀਜ਼ ਹੈ ਸੋ ਫਰਸਟ ਨੋਵਲ ਹੈ ਪਬਲਿਸ਼ ਇਅਰ ਸਾਨੂੰ ਹਮੇਸ਼ਾ ਯਾਦ ਹੋਣਾ ਚਾਹੀਦਾ ਥੈਟ ਇਜ਼ ਇਨ 1963 ਨੈਕਸਟ ਅਸੀਂ ਕਹਾਂ ਸੀ ਕਿ ਕਿਹੜੀ ਟੈਕਨੀਕ ਯੂਜ਼ ਹੋ ਰਹੀ ਹੈ ਤਾਂ ਸਟ੍ਰੀਮ ਆਫ ਕੌਨਸ਼ੀਅਸਨੈਸ ਟੈਕਨੀਕ ਜੋ ਹੈ ਉਸ ਦਾ ਇਸਤੇਮਾਲ ਕੀਤਾ ਗਿਆ ਹੈ ਕਰਾਏ ਦਾ ਪੀਕਾਕ ਦੇ ਵਿੱਚ ਸਟ੍ਰੀਮ ਆਫ ਕੌਨਸ਼ੀਅਸਨੈਸ ਟੈਕਨੀਕ ਹੁੰਦੀ ਕੀ ਹੈ ਇਸ ਦੇ ਬਾਰੇ ਅਸੀਂ ਲਿਟਰਰੀ ਟਰਮ ਦੀ ਡਿਸਕਸ਼ਨ ਜਦੋਂ ਕਰਾਂਗੇ ਉਦੋਂ ਡਿਟੇਲ ਦੇ ਵਿੱਚ ਇਸ ਦੇ ਬਾਰੇ ਗੱਲ ਕਰਾਂਗੇ ਬਟ ਇੱਥੇ ਥੋੜਾ ਬਹੁਤ ਸੀ ਹਿੰਟ ਦੇ ਦਿੰਦੇ ਆ ਜਿਸ ਤਰੀਕੇ ਨਾਲ ਕਹਿੰਦੇ ਕਿ ਨਦੀ ਦਾ ਬਹਾਵ ਜੋ ਹੈ ਵਗਦਾ ਜਾਂਦਾ ਹੈ ਵਗਦਾ ਜਾਂਦਾ ਹੈ ਨਾ ਤੇ ਉਹ ਆਪਣੇ ਨਾਲ ਜੋ ਹੈ ਜੋ ਵੀ ਚੀਜ਼ਾਂ ਉਹਦੇ ਨਾਲ ਰਸਤੇ ਵਿੱਚ ਆਉਂਦੀਆਂ ਉਹਨਾਂ ਨੂੰ ਆਪਣੇ ਨਾਲ ਲੈ ਕੇ ਚੱਲੇ ਜਾਂਦੀ ਹੈ ਸੋ ਉਸੇ ਤਰੀਕੇ ਨਾਲ ਇੱਥੇ ਕਿਸ ਤਰੀਕੇ ਦੀ ਸਟ੍ਰੀਮ ਦੀ ਗੱਲ ਕਰ ਰਿਹਾ ਇੱਕ ਫਲੋ ਦੀ ਗੱਲ ਕਰ ਰਿਹਾ ਹੈ ਇਮੋਸ਼ਨਸ ਦੇ ਫੀਲਿੰਗਸ ਦੇ ਠੀਕ ਹੈ ਆਈਡੀਆਜ਼ ਦੇ ਫਲੋ ਦੀ ਕਿ ਜੋ ਇੱਕ ਰਾਈਟਰ ਇੱਕ ਪੋएट ਜਾਂ ਆਥਰ ਜਾਂ ਨੋਵੇਲਿਸਟ ਦੇ ਮਨ ਚ ਜਦੋਂ ਆਉਂਦੇ ਨੇ ਕੈਰੈਕਟਰ ਦੇ ਮਨ ਚ ਆਉਂਦੇ ਨੇ ਜਦੋਂ ਤਾਂ ਨੋਵੇਲਿਸਟ ਉਹਨਾਂ ਨੂੰ ਕੀ ਕਰਦਾ ਹੈ ਉਵੇਂ ਹੀ ਐਜ਼ ਇਟ ਇਜ਼ ਜੋ ਹੈ ਕਾਪੀ ਤੇ ਬੁੱਕ ਤੇ ਉਤਾਰ ਦਿੰਦਾ ਹੈ ਫੋਰ ਏਗਜ਼ਾਮਪਲ ਅਗਰ ਇੱਕ ਕੈਰੈਕਟਰ ਦੇ ਮਨ ਚ ਇੱਕ ਟਾਈਮ ਤੇ ਤਿੰਨ ਚਾਰ ਚੀਜ਼ਾਂ ਚੱਲ ਰਹੀਆਂ ਦੋ ਤਿੰਨ ਚਾਰ ਤਿੰਨੋਂ ਚਾਰੋਂ ਚੀਜ਼ਾਂ ਜੋ ਹੈ ਇਕੋ ਉਸੇ ਫਲੋ ਦੇ ਵਿੱਚ ਲਿਖ ਦੇਗਾ ਸੋ ਇਟ ਇਜ਼ ਕਾਲਡ ਸਟ੍ਰੀਮ ਆਫ ਕੌਨਸ਼ੀਅਸਨੈਸ ਤੋਂ ਇਸ ਤਰੀਕੇ ਦੇ ਨਾਲ ਚੀਜ਼ਾਂ ਨੂੰ ਜਜ ਕਰਨਾ ਇਸ ਤਰੀਕੇ ਦੇ ਨੋਵਲਸ ਨੂੰ ਪੜ੍ਹਨਾ ਬਹੁਤ ਜ਼ਿਆਦਾ ਕੀ ਹੋ ਜਾਂਦਾ ਹੈ ਔਖਾ ਹੋ ਜਾਂਦਾ ਹੈ ਮੁਸ਼ਕਿਲ ਹੋ ਜਾਂਦਾ ਹੈ ਠੀਕ ਹੈ ਜੀ ਨੈਕਸਟ ਹੈ ਜੀ ਹਲੂਸੀਨੇਸ਼ਨਸ ਅੱਛਾ ਸਟ੍ਰੀਮ ਆਫ ਕੌਨਸ਼ੀਅਸਨੈਸ ਨੂੰ ਪਪੂਲਰ ਕਿਨੇ ਕੀਤਾ ਸੀ ਤਾਂ ਵਰਜੀਨੀਆ ਵੂਲਫ ਨੇ ਕੀਤਾ ਸੀ ਜिमਸ ਚੋਇਸ ਨੇ ਵੀ ਇਹਨਾਂ ਇਸ ਚੀਜ਼ ਦਾ ਯੂਜ਼ ਕੀਤਾ ਸੀ ਨੈਕਸਟ ਸੀਜ਼ ਹੈ ਹਲੂਸੀਨੇਸ਼ਨ ਦਾ ਕਨਸੈਪਟ ਹੈ ਕ੍ਰਾਈ ਦਾ ਪੀਕਾਕ ਦੇ ਵਿੱਚ ਹਲੂਸੀਨੇਸ਼ਨਸ ਕੀ ਹੁੰਦੇ ਹੈ ਵਹਿਮ ਭਰਮ ਹੋ ਜਾਣਾ ਲਾਈਕ ਆਪਾਂ ਕਹਦੇ ਨੇ ਕਿਸੇ ਨੂੰ ਅਹੀਂ ਲੱਗਦਾ ਕਿ ਉਸ ਦੇ ਪਿੱਛੇ ਕੋਈ ਖੜਾ ਹੈ ਹੈਨਾ ਉਸ ਹੋ ਗਿਆ ਉਹਨੂੰ ਰਾਤ ਨੂੰ ਕੋਈ ਤੁਰਦਾ ਫਿਰਦਾ ਨਜ਼ਰ ਆਉਂਦਾ ਹੈ ਸੋ ਕੀ ਹੈ ਹਲੂਸੀਨੇਸ਼ਨ ਦਾ ਇਫੈਕਟ ਹੈ ਹਲੂਸੀਨੇਸ਼ਨ ਜ਼ਿਆਦਾਤਰ ਉਹਨਾਂ ਪਰਸਨਸ ਨੂੰ ਹੁੰਦੀ ਹੈ ਜੋ ਕਿ ਡਿਪਰੈਸ਼ਨ ਜਾਂ ਲੋਨਲੀਨੈਸ ਜੋ ਹੈ ਉਹ ਉਸ ਚੀਜ਼ ਨੂੰ ਫੀਲ ਕਰ ਰਹੇ ਹੈ ਸੋ ਕ੍ਰਾਈ ਦਾ ਪੀਕਾਕ ਦੇ ਵਿੱਚ ਵੀ ਕਿਤੇ ਨਾ ਕਿਤੇ ਜੋ ਥੀਮ ਹੈ ਉਹ ਲੋਨਲੀਨੈਸ ਦੀ ਵੀ ਆਂਦੀ ਹੈ ਸੋ ਇਹ ਸਾਰੇ ਦੇ ਸਾਰੇ ਜੋ ਹੈ ਮੇਨ ਕੁਐਸ਼ਚਨਸ ਬੰਦੇ ਇੱਕ ਜੋ ਲਾਸਟ ਹੈ ਥਰਡ ਪਰਸਨ ਨਰੇਟਿਵ ਦੇ ਵਿੱਚ ਲਿਖਿਆ ਹੋਇਆ ਹੈ ਠੀਕ ਹੈ ਜੀ ਸੋ ਮੇਨ ਚੀਜ਼ ਕੀ ਹੈ ਜੇ ਤੁਹਾਨੂੰ ਪੁੱਛ ਦੇ ਕਿ ਕ੍ਰਾਈ ਦਾ ਪੀਕਾਕ ਕੁਐਸ਼ਚਨਸ ਦੇ ਪੁਆਇੰਟ ਆਫ 视图 ਤੋਂ ਅਸੀਂ ਚੀਜ਼ਾਂ ਨੂੰ ਯਾਦ ਕਰਨਾ ਹੈ ਕਿ ਕਿਹੜਾ ਨੋਵਲ ਇਜ਼ ਤਦੈਸਾਇਦਾ ਹੋ ਜਾਏ ਜੋ ਸਾਇਤ ਅਕੈਡਮੀ ਅਵਾਰਡ ਵਾਸਤੇ ਨੋਮੀਨੇਟ ਹੋਇਆ ਸੀ ਤਾਂ ਤੁਹਾਨੂੰ ਕਨਫਿਊਜ਼ਨ ਹੋ ਸਕਦੀ ਹੈ ਫਾਇਰ ਔਨ ਦਾ ਮਾਊਂਟੇਨ ਐਂਡ ਕ੍ਰਾਈ ਦਾ ਪੀਕਾਕ ਤਾਂ ਤੁਸੀਂ ਕਿਹੜਾ ਲਗਾਓਗੇ ਕ੍ਰਾਈ ਦਾ ਪੀਕਾਕ ਨੈਕਸਟ ਹੈ ਜੀ ਫਰਸਟ ਨੋਵਲ ਕਿਹੜਾ ਹੈ ਤਾਂ ਕ੍ਰਾਈ ਦਾ ਪੀਕਾਕ पब्लिश ऑफ़ द पीक थ्री विच टेक्निक इज यूज इन द ना क्राई द पीक बाई असाई दू हैच ऑफ द नोवल ऑफ अनीता देसाई सो लिखा क्राई द पीक सो ये कुछ क्वेश्चन बनते ने नैक्सट आ गए जी करैक्टर सब तो पहला सब तो मेन कैरक्टर है दैट इज माया which is our protagonist protagonist ਹੁੰਦਾ ਹੈ ਮੇਨ ਕਰੈਕਟਰ ਜਿਸ ਦੇ ਆਲੇ ਦੁਆਲੇ ਜੋ ਹੈ ਸਾਰੀ ਕਹਾਣੀ ਘੁੰਮਦੀ ਹੈ ਸੋ ਮਾਇਆ ਜੋ ਹੈ ਇਸ ਕਹਾਣੀ ਦੀ ਪ੍ਰੋਟੈਗੋਨਿਸਟ ਹੈ ਠੀਕ ਹੈ ਜੀ ਮਾਇਆ ਦੇ ਫਾਦਰ ਹੈ ਰਾਏ ਸਾਹਿਬ ਜੋ ਕਿ ਇੱਕ ਲਾਇਰ ਹੈ ਠੀਕ ਹੈ ਤੇ ਲਖਨਊ ਦੇ ਵਿੱਚ ਰਹਿੰਦੇ ਤੇ ਬੜੇ ਹੀ ਨਾਮੀ ਲਾਇਰ ਹੈ ਮਾਇਆ ਜੋ ਹੈ ਇੱਕ ਬਿਨ ਮਾਦੀ ਬੇਟੀ ਹੈ ਤੇ ਉਸਦੇ ਫਾਦਰ ਨੇ ਉਸ ਨੂੰ ਬਹੁਤ ਹੀ ਲਾਰਜ ਚਾਂ ਦੇ ਨਾਲ ਰੱਖਿਆ ਕਿ ਜੋ ਚੀਜ਼ ਮੰਗਦੀ ਸੀ ਉਸ ਨੂੰ ਮਿਲ ਜਾਂਦੀ ਸੀ ਜੋ ਚੀਜ਼ਾਂ ਦੀ ਉਹ ਖੁਆਇਸ਼ ਕਰਦੀ ਸੀ ਕਿ ਉਸਦੇ ਫਾਦਰ ਨਹੀਂ ਜਾਣਦੇ ਸੀ ਕਿ ਮੇਰੀ ਬੇਟੀ ਨੂੰ ਕਿਸੇ ਵੀ ਤਰੀਕੇ ਦਾ ਕੀ ਹੈ ਦੁੱਖ ਹੋਵੇ ਮਾਇਆ ਦਾ ਇੱਕ ਬ੍ਰਦਰ ਵੀ ਹੈ ਮਾ ਇੱਕ ਹੋਰ ਇੱਥੇ ਪਰਸਨ ਆਂਦਾ ਹੈ ਦੈਟ ਇਜ਼ ਗੌਤਮ ਗੌਤਮ ਕੌਣ ਹੈ ਜੋ ਮਾਇਆ ਦੇ ਫਾਦਰ ਜੋ ਕਿ ਇੱਕ ਲਾਇਰ ਹੈ ਰਾਏ ਸਾਹਿਬ ਉਹਨਾਂ ਦੇ ਕੋਲ ਜੋ ਹੈ ਆਪਣੀ ਲਾਅ ਦੀ ਪ੍ਰੈਕਟਿਸ ਕਰਨ ਵਾਸਤੇ ਆਂਦਾ ਹੈ ਜਦੋਂ ਲਾਇਰਸ ਹੁੰਦੇ ਆ ਆਪਣੀ ਪ੍ਰੈਕਟਿਸ ਵਾਸਤੇ ਕਿਸੇ ਹੋਰ लॉयर के कोल जाते वर्क करते सो गौतम भी उन्होंने एक है तो गौतम जो है राय साहब के रूटीन वर्क करता है ठीक है बड़ा ही रैशनलिस्ट से स्परिचुअल टाइप का है मतलब उन्होंने मटीरियलिस्टिक और वर्ल्डली चीज़ों बिल्कुल कोई इंट्रस्ट नहीं है दूसरे पास जी सा माया है ओ सॉरी अर्जुन एक ब्रदर का नाम रह गया अमेरिका चाहता है माया का ब्रदर सो माया इली है जो अपने फादर को रही है माया जो है ਆਪਣੇ ਨਾਮ ਦੇ ਨਾਲ ਦਾ ਕੀ ਹੈ ਮਟੀਰੀਅਲਿਸਟਿਕ ਹੈ ਆਮ ਫੋਰ ਮਾਇਆ ਆਮ ਫੋਰ ਮਟੀਰੀਅਲਿਸਟਿਕ ਸੋ ਗੌਤਮ ਜਿਵੇਂ ਗੌਤਮ ਬੁੱਧ ਭਗਵਾਨ ਹੈ ਨਾ ਉਹ ਵਰਲਡੀ ਪਲੇਜਰਸ ਤੋਂ ਦੂਰ ਸੀਗੇ ਠੀਕ ਉਸੇ ਤਰੀਕੇ ਨਾਲ ਜੋ ਹੈ ਇੱਥੇ ਹਸਬੈਂਡ ਹੈ ਮਾਇਆ ਦਾ ਜੋ ਦੁਨਿਆਵੀ ਚੀਜ਼ਾਂ ਦੇ ਵਿੱਚ ਇੰਨਾ ਜ਼ਿਆਦਾ ਇਨਵੋਲਵਮੈਂਟ ਨਹੀਂ ਦਿਖਾਉਂਦਾ ਸੀ ਸਪਿਰਚੁਅਲਿਟੀ ਵਾਲਾ ਪਰਸਨ ਸੀ ਸੋ ਇਹਨਾਂ ਦੇ ਨੇਮ ਵੀ ਆਪਣੇ ਆਪ ਵਿੱਚ ਕੁਝ ਨਾ ਕੁਝ ਸਿਗਨੀਫਾਈ ਕਰ ਫਾਈ ਕਰਦੇ ਹੈ ਸਿੰਬੋਲਿਕ ਨੇ ਇਹ चीज ਆਪਾਂ ਨੂੰ ਪੁੱਛੀਆਂ ਜਾ ਸਕਦੀ ਹੈ ਗੌਤਮ ਜੋ ਹੈ ਮਾਇਆ ਚੋਂ ਏਜ ਚ ਵੱਡਾ ਹੁੰਦਾ ਹੈ ਬਟ 7-8 ਸਾਲ ਦਾ ਆਈ ਥਿੰਕ ਫਰਕ ਹੋਏਗਾ ਬਟ ਕੀ ਹੈ ਕਿ ਗੌਤਮ ਰੋਜ਼ ਮਾਇਆ ਦੇ ਫਾਦਰ ਕੋਲ ਆਉਂਦਾ ਤੇ ਇੱਕ ਅੱਛਾ ਇਨਸਾਨ ਹੁੰਦਾ ਤਾਂ ਮਾਇਆ ਦੇ ਫਾਦਰ ਸੋਚਦੇ ਕਿ ਕਿਉਂ ਨਾ ਮੈਂ ਆਪਣੀ ਬੱਚੀ ਦੀ ਮੈਰਿਜ ਇਹਦੇ ਨਾਲ ਕਰਦਾ ਇਹ ਬੰਦਾ ਜੋ ਹੈ ਮੇਰਾ ਦੇਖਿਆ ਪਾਲਿਆ ਹੀ ਹੈ ਸੋ ਜੋ ਉਹ ਮੈਰਿਜ ਕਰ ਦਿੰਦੇ ਆ ਮਾਇਆ ਦੀ ਗੌਤਮ ਦੇ ਨਾਲ ਹੁਣ ਐਲਬੀਨੋ ਐਸਟਰੋਲੋਜਰ ਦਾ ਨਾਮ ਤੁਹਾਨੂੰ ਸਕਰੀਨ 'ਤੇ ਨਜ਼ਰ ਆ ਰਿਹਾ ਹੋਏਗਾ ਕਿ ਇਹ ਕੌਣ ਹੈ ਬੰਦਾ माया दी मैरिज ਤੋਂ ਪਹਿਲਾਂ ਇੱਕ ਐਸਟਰੋਲੋਜਰ ਦੇ ਕੋਲ ਮਾਇਆ ਜਾਂਦੀ ਹੈ ਉਹਦਾ ਨਾਮ ਹੁੰਦਾ ਹੈ ਐਲਬੀਨੋ ਐਲਬੀਨੋ ਉਹਨੂੰ ਕਹਿੰਦਾ ਹੈ ਕਿ ਮੈਰਿਜ ਆਫਟਰ ਮੈਰਿਜ 3 ਸਾਲ ਦੇ ਅੰਦਰ ਅੰਦਰ ਮਾਇਆ ਜਾਂ ਉਸਦੇ ਹਸਬੰਡ ਦੋਨਾਂ ਚੋਂ ਕਿਸੇ ਇੱਕ ਦੀ ਜੋ ਹੈ ਡੈਥ ਹੋ ਜਾਏਗੀ। ਤੋਂ ਮਾਇਆ ਜੋ ਹੈ ਸੁਣ ਕੇ ਹੈਰਾਨ ਹੋ ਜਾਂਦੀ ਹੈ। ਦਿਮਾਗ ਚੁੰਦੇ ਹੋਈ ਚੀਜ਼ਾਂ ਘੁੰਮਦੀਆਂ ਰਹਿੰਦੀ ਆਫਟਰ ਮੈਰਿਜ ਵੀ ਕਿ ਮੇਰੇ ਜਾਂ ਮੇਰੇ ਹਸਬੰਡ ਜੋ ਕਿਸੇ ਇੱਕ ਦੀ ਤਾਂ ਡੈਥ ਹੋ ਹੀ ਜਾਂਦੀ ਹੈ। ਮਾਇਆ ਦੇ ਕੋਲ ਇੱਕ ਡੌਗ ਹੁੰਦਾ ਹੈ ਟੋਟੋ ਜਿਸ ਜਿਸ ਦੇ ਨਾਲ ਉਹ ਆਪਣਾ ਦਿਨ ਬਿਤਾਉਂਦੀ ਹੈ ਖੁਸ਼ ਰਹਿੰਦੀ ਹੈ ਮਤਲਬ ਉਹ ਉਸ ਦਾ ਇੱਕ ਪਾਰਟਨਰ ਹੁੰਦਾ ਹੈ ਕਿਉਂਕਿ ਉਸ ਦਾ ਹਸਬੰਡ ਜੋ ਹੈ ਉਸ ਦੀ ਫੀਲਿੰਗਸ ਨੂੰ ਸਮਝ ਨਹੀਂ ਪਾਉਂਦਾ ਕਿ ਮਾਇਆ ਕੀ ਚਾਹਦੀ ਹੈ ਹੈਨਾ ਸੋ ਗੌਤਮ ਨੂੰ ਇਹ ਲੱਗਦਾ ਕਿ ਮਾਇਆ ਮਟੀਰੀਅਲਿਸਟਿਕ ਹੈ ਤੇ ਗੌਤਮ ਜੋ ਹੈ ਉਹ ਜ਼ਿਆਦਾ ਟਾਈਮ ਮਾਇਆ ਦੇ ਨਾਲ ਸਪੈਂਡ ਨਹੀਂ ਕਰਦਾ ਉਸ ਨੂੰ ਸਮਝ ਨਹੀਂ ਪਾਉਂਦਾ ਮਾਇਆ ਲੋਨਲੀਨੈਸ ਫੀਲ ਕਰਦੀ ਹੈ ਤੇ ਕੁਝ ਟਾਈਮ ਬਾਅਦ ਕੀ ਹੁੰਦਾ ਮਾਇਆ ਦਾ ਜੋ ਡੌਗ ਹੈ ਟੋਟੋ ਉਹ ਵੀ ਉਹਦੀ ਵੀ ਡੈਥ ਹੋ ਜਾਂਦੀ ਹੈ ਤਾਂ ਮਾਇਆ ਬਿਲਕੁਲ ਹੀ ਇਕੱਲੀ ਹੋ ਜਾਂਦੀ ਹੈ बट, कर ले, कर ले, कर ले, कर माया सिर्फ ओना ਦਿਨਾਂ ਵਿੱਚ ਹੀ ਖੁਸ਼ ਰਹਿੰਦੀ ਸੀ ਜਦੋਂ ਉਸ ਦੀ ਮਦਰ-ਇਨ-ਲॉ ਜਾਂ ਉਸ ਦੀ ਸਿਸਟਰ-ਇਨ-ਲॉ ਜੋ ਹੈ ਕਦੇ ਉਹਨੂੰ ਮਿਲ ਲਾ ਜਾਂਦੇ ਸੀ ਤਾਂ ਬਟ ਹੁਣ ਕਿਉਂਕਿ ਕੱਲੇ ਕਹਿੰਦੇ ਕੱਲਾ ਦਿਮਾਗ ਸ਼ਤਾਨ ਦਾ ਘਰ ਹੁੰਦਾ ਤਾਂ ਉਹੀ ਚੀਜ਼ ਹੈ ਕਿ माया ਨੂੰ ਹੁਣ ਡਿਪਰੈਸ਼ਨ 'ਚ ਜਾਣਾ ਸਟਾਰਟ ਹੋ ਗਈ ਹੈ ਹਲੂਸੀਨੇਸ਼ਨ ਜ਼ੋਨ ਲੱਗ ਜਾਂਦੇ ਉਹਨੂੰ ਇਹ ਲੱਗਦਾ ਕਿ ਉਹਦੇ ਪਿੱਛੇ ਕੋਈ ਖੜਾ ਹੈ ਹੈਨਾ ਉਹਨੂੰ ਜੰਗਲਾਂ 'ਚ ਕੋਈ ਆਵਾਜ਼ ਮਾਰ ਰਿਹਾ ਹੈ ਜਾਂ ਫਿਰ ਉਸ ਨੂੰ ਚੀਕਾਂ ਸੁਣਾਈ ਦਿੰਦੀਆਂ ਨੇ ਉਹਨੂੰ ਘੁੰਮ-ਘੁੰਮ ਕੇ ਸੁਪਨੇ 'ਚ ਡੈਥ ਨਜ਼ਰ ਆਉਂਦੀ ਹੈ ਸੋ ਇਹ ਸਭ ਚੀਜ਼ਾਂ ਕੀ ਕਰਦੀਆਂ ਨੇ ਮਾਇਆ ਨੂੰ ਡਰਾ ਦਿੰਦੀਆਂ ਨੇ ਮਾਇਆ ਇੰਨੀ ਕਿ ਹੱਦ ਤੱਕ ਜੋ ਹੈ ਸਟ੍ਰੈਸ ਜਾਂ ਮੈਂਟਲ ਹੋ ਜਾਂਦੀ ਹੈ ਮਤਲਬ ਮੈਂਟਲ ਆਪਾਂ ਇਨ ਸੈਂਸ ਕਹਾਂਗੇ ਕਿ ਇੰਨੀ ਕਿ ਡਿਪਰੈਸ਼ਨ ਚ ਚਲੇ ਜਾਂਦੀ ਹੈ ਕਿ ਉਸ ਨੂੰ ਇਹ ਲੱਗਦਾ ਹੈ ਕਿ ਐਲਬੀਨੋ ਐਸਟਰੋਲੋਜਰ ਦੀ ਗੱਲ ਨਹੀਂ ਤਾਂ ਸੱਚ ਹੋਣਾ ਹੀ ਹੈ ਐਂਡ ਤੇ ਉਹ ਕੀ ਸੋਚਦੀ ਹੈ ਕਿ ਜੇ ਸੱਚ ਹੋਣਾ ਹੀ ਹੈ ਤਾਂ ਕਿਉਂ ਮੈਂ ਮਰਾਂ ਵਾਈ ਸ਼ੁੱਡ ਆਈ ਤਾਂ ਉਹ ਕੀ ਕਰਦੀ ਹੈ ਸੋਚਦੀ ਹੈ ਕਿ ਅਗਰ ਮੈਂ ਗੌਤਮ ਨੂੰ ਹੀ ਮਾਰ ਦਾਂਗੀ ਤਾਂ ਮੈਂ ਸਟ੍ਰੈਸ ਜੋ ਕੀ ਹੈ ਖਤਮ ਨਿਜਾਤ ਪਾ ਲਾਂਗੀ ਕਿ ਮੈਂ ਜੋ ਹੈ ਬਚ ਗਈ ਸੋ ਉਹ ਕੀ ਕਰਦੀ ਇੱਕ ਦਿਨ ਬਾਲਕਨੀ ਤੇ ਉੱਪਰ ਛੱਤ ਤੇ ਜੋ ਹੈ ਗੌਤਮ ਨੂੰ ਲੈ ਕੇ ਜਾਂਦੀ ਹੈ ਗੱਲਬਾਤ ਕਰਦੇ ਤੇ ਗੌਤਮ ਨੂੰ ਜੋ ਹੈ ਉੱਪਰ ਛੱਤ ਤੋਂ ਥੱਲੇ ਤੱਕ ਕਾਂ ਮਾਰ ਦਿੰਦੀ ਤੇ ਗੌਤਮ ਦੀ ਹੋ ਜਾਂਦੀ ਹੈ ਡੈਥ ਸੋ ਮਾਇਆ ਜੋ ਹੈ ਉਸ ਨੂੰ ਫਿਰ ਬਾਚ ਉਸਦੇ ਫਾਦਰ ਲੈ ਜਾਂਦੇ ਐ ਸੋ ਇਹ ਸਟੋਰੀ ਹੈ ਕਰਾਏ ਦਾ ਪੀਕਾਕ ਜਿਹਦੇ ਵਿੱਚ ਇਹ ਵੀ ਕਿਹਾ ਜਾ ਸਕਦਾ ਹੈ ਕਿ ਮਾਇਆ ਜੋ ਬਿਨ ਮਾਂ ਦੀ ਬੇਟੀ ਹੈ ਪਿਆਰ ਵਾਸਤੇ ਪਹਿਲਾਂ ਵੀ ਤਰਸੀ ਹੈ ਠੀਕ ਹੈ ਫਾਦਰ ਵੀ ਚੀਜ਼ਾਂ ਲੈ ਲੈ ਕੇ ਉਸ ਦਾ ਧਿਆਨ ਜੋ ਹੈ ਉਸ ਨੂੰ ਇਹ ਸ਼ੋਅ ਕਰਦੇ ਸੀ ਕਿ ਜੋ ਚੀਜ਼ਾਂ ਦੇ ਵਿੱਚ ਹੀ ਅਸਲੀ ਖੁਸ਼ੀ ਹੁੰਦੀ ਹੈ ਸੋ ਹਸਬੈਂਡ ਜੋ ਹੈ ਉਸ ਦੀ ਜੋ ਹੈ ਲੋਨਲੀਨੈਸ ਜਾਂ ਇੰਟਰਨਲ ਜੋ ਡੈਪਥ ਹੈ ਉਸ ਨੂੰ ਸਮਝ ਨਹੀਂ ਪਾਉਂਦਾ ਸੋ ਮਾਇਆ ਦੀ ਸਟੇਜ ਦਿੱਤੀ ਗਈ ਹੈ ਕਿਉਂਕਿ ਇਸ ਤਰ੍ਹਾਂ ਇੱਕ ਪੀਕਾਕ ਹੈ ਜਿਹੜੀ ਕਿ ਰੋ ਰਹੀ ਹੈ ਬਟ ਉਸ ਨੂੰ ਸਮਝ ਕੋਈ ਨਹੀਂ ਰਿਹਾ ਸੋ ਦਿਸ ਇਜ਼ ਅ ਸਟੋਰੀ ਆਫ ਕ੍ਰਾਈ ਦਾ ਪੀਕਾਕ ਅਦਰ ਕੈਰੈਕਟਰਸ ਇਸ ਸਟੋਰੀ ਦੇ ਨੇ ਜਿਨ੍ਹਾਂ ਦੇ ਸਿਰਫ ਤੁਹਾਨੂੰ ਨਾਮ ਧਿਆਨ ਰੱਖਣੇ ਆ ਲੈਲਾ मिस्टर लाल गौतम दी मम्मी है एक सोशल वर्कर गौतम दी बहन है माया ਦਾ ਡੌਗ ਹੈ ਟੋਟੋ ਤੇ ਕੈਟ ਹੈ ਤੁਹਾਨੂੰ ਇਹ ਪੁੱਛਿਆ ਜਾ ਸਕਦਾ ਹੈ ਕਿ ਮਾਇਆ ਦੇ ਡੌਗ ਦਾ ਨਾਮ ਕੀ ਸੀ ਠੀਕ ਹੈ ਜੀ ਇੱਕ ਕੁਐਸਚਨ ਪੁੱਛਿਆ ਜਾ ਸਕਦਾ ਹੈ ਨੈਕਸਟ ਨੋਵਲ ਹੈ ਜੀ ਬਾਏ ਬਾਏ ਬਲੈਕਬਰਡ ਨੋਵਲ ਹੈ ਬਲੈਕਬਰਡ ਜੋ ਹੈ ਇੰਡੀਅਨ ਨੇਟਿਵਸ ਨੂੰ ਕਿਹਾ ਗਿਆ ਹੈ इंडिया ਵਿੱਚ ਜੋ इंडिया ਦੇ ਰਹਿਣ ਵਾਲੇ ਲੋਕ ਹੈ ਉਹਨਾਂ ਨੂੰ ਕੀ ਕਹਾ ਜਾਂਦਾ ਬਲੈਕ ਬਰਡ ਜੇ ਆਪਾਂ ਪੁਰਾਣੇ ਟਾਈਮ ਦੀ ਗੱਲ ਕਰੀਏ बिफोर ਇੰਡੀਪੈਂਡੈਂਸ ਬੀ ਇੰਗਲੈਂਡ ਦੇ ਲੋਕ ਕੀ ਆਪਣੇ ਆਪ ਨੂੰ ਬੜਾ ਉਹ ਹਾਈ ਫਾਈ ਸਮਝਦੇ ਸੀ ਤੇ ਇੰਡੀਅਨਸ ਨੂੰ ਕੀ ਕਰਦੇ ਬਹੁਤ ਜ਼ਿਆਦਾ ਨੀਵਾ ਸਮਝਦੇ ਸੀ ਸੋ ਉਹ ਕੀ ਕਰਦੇ ਇੰਡੀਅਨਸ ਨੂੰ ਕੀ ਕਹਿੰਦੇ ਕਿ ਤੁਸੀਂ ਤਾਂ ਬਲੈਕ ਬਰਡ ਹੋ ਸੋ ਟੀਜ਼ ਕਰਦੇ ਸੀ ਹਿਊਮਿਲੇਟ ਕਰਦੇ ਸੀ ਆਪਾਂ ਦੇਖਿਆ ਹੈ ਕਿ ਇਵਨ ਜਿਹੜੇ ਸਾਊਥ ਅਫਰੀਕਨਸ ਹਨ ਉਹਨਾਂ ਨਾਲ ਕਿੰਨਾ ਗਲਤ ਵਿਵਹਾਰ ਕੀਤਾ ਜਾਂਦਾ ਸੀ ਇੱਥੋਂ ਤੱਕ ਕਿ ਐਂ ਹੁੰਦਾ ਸੀਗਾ ਕਿ ਟਾਇਲਟਸ ਵੀ ਅਗਰ ਪਬਲਿਕ ਟਾਇਲਟਸ ਵੀ ਬਣੀਆਂ ਨੇ ਨਾ ਤਾਂ ਇੱਕ ਦੇ ਉੱਪਰ ਕੀ ਲਿਖਿਆ ਜਾਂਦਾ ਸੀ ਹੀ ਇੱਕ ਉੱਪਰ ਸੀ ਤੇ ਇੱਕ ਉੱਪਰ 에ਸ਼ੀਅਨਸ ਲਿਖਿਆ ਜਾਂਦਾ ਸੀ ਐਨਾ ਗਲਤ ਵਿਵਹਾਰ ਕੀਤਾ ਜਾਂਦਾ ਸੀ ਜਿਵੇਂ ਕਿ ਕੋਈ ਅਛੂਤ ਹੁੰਦੇ ਹੈ ਸੈਟਿੰਗ ਹਾ ਕਿਸੇ ਵੀ ਨੋਵਲ ਦੀ ਸੈਟਿੰਗ ਦੇ ਉੱਪਰ ਕੁਐਸਚਨ ਪੁੱਛਿਆ ਜਾ ਸਕਦਾ ਤੇ ਸੈਟਿੰਗ ਜੋ ਹੈ ਨੋਵਲ ਦੀ ਯਾਦ ਹੋਣੀ ਹੀ ਚਾਹੀਦੀ ਹੈ ਸੋ ਬਾਏ ਬਾਏ ਬਲਗ ਬਲੈਕਬਰਡ ਦੀ ਜੋ ਸੈਟਿੰਗ ਹੈ ਉਹ ਲੰਡਨ ਦੀ ਹੈ and publishing year hai 1971 thik hai ji theme hai the suffering of indian immigrants ke ek ek indian hai jo apna mulk chhad ke bahar gaya hai paisa kamane waste thik hai earning the source waste usnu kin ke halaton da samna karna penda us country vich jo log unna nu pasand nahi karde thik hai jo log unna nu humiliate karde unna de vich reh ke kivein survive karda hai kivein utthe din katda hai oh sari sufferings jo ne ਉਸ ਨੋਵਲ ਦੇ ਵਿੱਚ ਰੱਖ ਦੱਸਿਆ ਗਿਆ ਉਹ ਟਾਈਮ ਵੀ ਉਸ ਤਰੀਕੇ ਦਾ ਹੀ ਸੀ ਹਾਂਜੀ ਤਿੰਨ ਮੇਨ ਕੈਰੈਕਟਰਸ ਦੇ ਇਹ ਸਟੋਰੀ ਹੈ ਸਟੋਰੀ ਲਾਈਨ ਕੋਈ ਜ਼ਿਆਦਾ ਨਹੀਂ ਹਾਰਡ ਐਂਡ ਫਾਸਟ ਨਹੀਂ ਹੈਗੀ ਮੇਨ ਕੈਰੈਕਟਰ ਹੈ ਅਦਿਤ ਸਿੰਘ ਜੋ ਕਿ ਬੰਗਾਲੀ ਹੈ ਉਹ ਇੱਕ ਇੰਡੀਅਨ ਇਮੀਗ੍ਰੈਂਟ ਹੈ ਤੇ ਇੰਡੀਆ ਤੋਂ ਜੋ ਹੈ ਉਹ ਜਾਂਦਾ ਹੈ ਲੰਡਨ ਲੰਡਨ ਦੇ ਵਿੱਚ ਉਹ ਵਰਕ ਵਰਕ ਵਾਸਤੇ ਜਾਂਦਾ ਹੈ ਨਾਲ-ਨਾਲ ਪੜਦਾ ਹੈ ਉੱਥੇ ਜੋ ਹੈ ਉਸ ਦੇ ਨਾਲ ਬਹੁਤ ਬੁਰਾ ਸਲੂਕ ਕੀਤਾ ਜਾਂਦਾ ਹੈ ਬਹੁਤ ਤਰੀਕੇ ਨਾਲ ਉਹਨੂੰ ਟੀਜ਼ ਕੀਤਾ ਜਾਂਦਾ ਹੈ ਉਸ ਨੂੰ ਨੀਚਾ ਦਿਖਾਇਆ ਜਾਂਦਾ ਹੈ ਠੀਕ ਹੈ ਟਾਇਲਟਸ ਵਾਲਾ ਸੀਨ ਦੇਖ ਕੇ ਉਹਨੂੰ ਬੜੀ ਉਹ ਹੁੰਦੀ ਹੈ ਕਿ ਅਸੀਂ ਕੋਈ ਮਤਲਬ ਕੀ ਆ ਕੋਈ ਅਲੱਗ ਤਰ੍ਹਾਂ ਦੇ ਈਕਰੀਚਰਾਂ ਕੇ ਨੈਕਸਟ ਹੈ ਸਾਰਾ ਜੋ ਕਿ ਨੇਟਿਵ ਹੈ ਲੰਡਨ ਦੀ ਠੀਕ ਹੈ ਲੰਡਨ ਦੀ ਹੀ ਨੇਟਿਵ ਹੈ ਲੰਡਨ ਦੀ ਰਹਿਣ ਵਾਲੀ ਹੈ ਸੋ ਸਾਰਾ ਤੇ ਅਦਿਤ ਮਿਲਦੇ ਆ ਤਾਂ ਉਹਨਾਂ ਦੀ ਉਹ ਆਪਸ ਕੀ ਕਰ ਲੈਂਦੇ ਮੈਰਿਜ ਕਰ ਲੈਂਦੇ ਆ ਅਦਿਤ ਬਹੁਤ ਵਾਰ ਸਾਰਾ ਨੂੰ ਕਹਿੰਦਾ ਹੈ ਕਿ ਅਸੀਂ ਵਾਪਸ ਚਲਦੇ ਆ ਕਿਉਂਕਿ ਅਦਿਤ ਉੱਥੇ ਰਹਿਣਾ ਨਹੀਂ ਚਾਹੁੰਦਾ ਕਿ ਇੰਡੀਆ ਵਾਪਸ ਚਲਦਾ ਬਟ ਸਾਰਾ ਜੋ ਹੈ ਹਮੇਸ਼ਾ ਮਨਾਂ ਕਰ ਦਿੰਦੀ ਹੈ ਐਨ ਐਚ ਕੀ ਹੈ ਅਦਿਤ ਦਾ ਇੱਕ ਫਰੈਂਡ ਬੰਦਾ ਹੈ ਦੇਵ ਜੋ ਕਿ ਅਗੇਨ ਇੱਕ ਇੰਡੀਅਨ ਇਮੀਗਰੈਂਟ ਹੈ ਇੰਡੀਆ ਤੋਂ ਆਇਆ ਹੁੰਦਾ ਹੈ ਉਹਨੂੰ ਘਰ ਨਹੀਂ ਮਿਲ ਰਿਹਾ ਹੁੰਦਾ ਰਹਿਣ ਵਾਸਤੇ ਫਰੈਂਡ ਹੈ ਅਦਿਤ ਸੇਨ ਦਾ ਫਰੈਂਡ ਬਣ ਜਾਂਦਾ ਹੈ ਸੇਮ ਚੀਜ਼ ਸੇਮ ਜੋ ਹਿਮਿਲੀਏਸ਼ਨ ਹੈ ਦੇਵ ਵੀ ਫੀਲ ਕਰਦਾ ਤੇ ਉਹਨੂੰ ਵੀ ਇਹ ਚੀਜ਼ਾਂ ਪਿੰਚ ਕਰਦੀਆਂ ਨੇ ਬਟ ਕੀ ਹੈ ਐਟ ਦਾ ਐਂਡ ਅਦਿਤ ਸੇਨ ਤੇ ਸਾਰਾ ਤਾਂ ਵਾਪਸ ਇੰਡੀਆ ਚਲੇ ਜਾਂਦੇ ਤੇ ਸਾਰਾ ਮੰਨ ਜਾਂਦੀ ਹੈ ਤੇ ਸਾਰਾ ਜੋ ਹੈ ਹੈਲਪ ਕਰਦੀ ਹੈ ਦੇਵਦੀ ਉਸ ਨੂੰ ਇੱਕ ਅਪਾਰਟਮੈਂਟ ਦਿਵਾ ਚਾ ਕਿ ਉੱਥੇ ਰਾਮ ਦੇ ਨਾਲ ਰਹਿ ਕੇ ਆਪਣੀ ਸਟੱਡੀ ਕੰਟੀਨਿਊ ਕਰ ਸਕੇ ਤੇ ਆਪਣੀ ਜੌਬ ਕੰਟੀਨਿਊ ਕਰ ਸਕੇ ਸੋ ਥਿਸ ਇਜ਼ ਅ ਨਾਰਮਲ ਸਟੋਰੀ ਲਾਈਨ ਆਫ ਦ ਸੈਕਿੰਡ ਨੋਵਲ ਬਾਏ ਬਾਏ ਬਲੈਕ ਬਰਡ ਥਰਡ ਐਂਡ ਦ ਵੈਰੀ ਮੋਸਟ 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 ਇੰਪੋਰਟੈਂਟ ਨੋਵਲ ਅਗਰ ਮੈਂ ਕਹਾਂ ਸੰਿਤਾ ਦੇਸਾਈ ਦੇ ਦੁਆਰਾ ਲਿਖਿਆ ਹੋਇਆ 댓 ਇਜ਼ ਫਾਇਰ ਔਨ ਦ ਮਾਊਂਟੇਨ ਠੀਕ ਹੈ ਜੀ ਪਬਲਿਸ਼ਿੰਗ ইয়ার ਹੈ 1977 어ওয়ার্ড ਮਿਲਿਆ ਸੀ ਨੂੰ ਸਾਹਿਤਿਆ ਕਾਦਮੀ 어ওয়ার্ড 1978 ਵਿੱਚ ਇੱਕ ਸਾਲ ਬਾਅਦ ਮਿਲ ਗਿਆ ਸੀ ਇੱਕ ਸਾਈਕੋਲੋਜੀਕਲ ਥ੍ਰਿਲਰ ਹੈ ਦੇਖੋ ਸਾਈਕੋਲੋਜੀਕਲ ਇੰਡੀਅਨ ਸਾਈਕੋਲੋਜੀਕਲ ਦੀ ਮਦਰ ਕਹੀ ਜਾਂਦੀ ਹੈ ਸੋ ਇਹ ਕੀ ਹੈ ਸਾਈਕੋਲੋਜੀਕਲ ਥ੍ਰਿਲਰ ਹੈ ਨੋਵਲ ਨੂੰ ਕਿੰਨੇ ਪਾਰਟਸ ਵਿੱਚ ਵੰਡਿਆ ਹੋਇਆ ਹੈ ਨੋਵਲ ਨੂੰ 3 ਪਾਰਟਸ ਦੇ ਵਿੱਚ ਜੋ ਹੈ ਵੰਡਿਆ ਹੋਇਆ ਹੈ ਪਾਰਟੀਸ਼ਨ ਵੀ ਪੁੱਛੀ ਜਾ ਸਕਦੀ ਹੈ किस थीम दे नाल ही डील ਕਰਦਾ अगेन इट आल्सो डील्स विद द थीम ऑफ लोनलीनेस ਕੱਲੇਪਨ ਦੀ ਜੋ ਹੈ ਥੀਮ ਉਸ ਇਸ ਦੀ ਜੋ ਮੇਨ ਥੀਮ ਹੈਗੀ ਹੈ ਠੀਕ ਹੈ ਜੀ ਕੈਰੈਕਟਰਸ ਜੋ ਨੇ ਫਾਇਰ ਔਨ ਦਾ ਮਾਊਂਟਨ ਦੇ ਮੇਨ ਕੈਰੈਕਟਰ ਹੈ ਜੀ ਇੱਕ ਨੰਦਾ ਕਾਲ ਨੰਦਾ ਕਾਲ ਜੋ ਕਿ ਇੱਕ ਵਿਡੋ ਹੈ ਜਿਹਕੇ ਹਾਊਸ ਗਰ 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 ਗ੍ਰਾਨੋਚ ਸੌਰੀ ਗ੍ਰ ਗ੍ਰਾਨੋਚ ਰਹਿੰਦੀ ਹੈ ਉਸ ਦਾ ਇੱਕ ਨੌਕਰ ਹੈ ਸਰਵੈਂਟ ਹੈ ਜੋ ਉਸ ਦੇ ਨਾਲ ਰਹਿੰਦਾ ਹੈ ਇਸ ਦੇ ਹਸਬੰਡ ਜੋ ਸੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸੀਗੇ ਨੰਦਾ ਕਾਲ ਦੇ ਹਸਬੰਡ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸੀ ਜੋ ਬਹੁਤ ਹੀ ਸਟ੍ਰਿਕਟ ਹਸਬੰਡ ਸੀ ਤੇ ਨੰਦਾ ਕੋਲ ਉਸ ਟਾਈਮ ਨੂੰ ਯਾਦ ਕਰਦੇ ਤਾਂ ਸੋਚਦੀ ਹੈ ਕਿ ਕਿਸ ਤਰੀਕੇ ਨਾਲ ਉਸਨੇ ਆਪਣੀ ਸਾਰੀ ਜ਼ਿੰਦਗੀ ਹੈ ਭੱਜ-ਭੱਜ ਕੇ ਹੀ ਕੱਢ ਦਿੱਤੀ ਹੈ ਕਦੇ ਕੋਈ ਰਿਸਪੌਂਸਿਬਿਲਟੀ ਕਦੇ ਕੋਈ ਰਿਸਪੌਂਸਿਬਿਲਟੀ ਤੇ ਆਪਣੇ ਵਾਸਤੇ ਨੂੰ ਕਦੇ ਟਾਈਮ ਹੀ ਨਹੀਂ ਮਿਲਿਆ ਸੋ ਨੰਦਾ ਕਾਲ ਦੇ ਹਸਬੰਡ ਜੋ ਹੈ ਉਹ ਵੀ ਬਹੁਤ ਸਟ੍ਰਿਕਟ ਸੀਗੇ ਨੰਦਾ ਕਾਲ ਦੀ ਡਾਟਰ ਹੈ ਉਹਦਾ ਨਾਮ ਹੈ ਆਸ਼ਾ ਠੀਕ ਹੈ ਆਸ਼ਾ ਕੁੱਕ ਜੋ ਇੱਕ ਜਿਹਦੇ ਨਾਲ ਹੁਣ ਉਹ ਰਹਿ ਰਹੀ ਹੈ ਗ੍ਰਗਰਾਨ ਵਿੱਚ ਉਹ ਹੈ ਕੁੱਕ ਰਾਮ ਲਾਲ ਠੀਕ ਹੈ ਜੀ ਆਸ਼ਾ ਦੀ ਬੇਟੀ ਹੈ ਤਾਰਾ ਜੋ ਕਿ ਜਨੇਵਾ ਚ ਚਲੀ ਗਈ ਹੈ ਸੈਟਲ ਹੋ ਗਈ ਹੈ ਉਸ ਦਾ ਹਸਬੰਡ ਹੈ ਜੋ ਉਸ ਨੂੰ ਬਹੁਤ ਜ਼ਿਆਦਾ ਕੀ ਕਰਦਾ ਹੈ ਅਬਿਊਜ਼ ਕਰਦਾ ਹੈ ਟੌਰਚਰ ਕਰਦਾ ਹੈ ਇੱਥੇ ਜੀ ਇਹ ਟੌਰਚਰ ਵਾਲੀ ਲਾਈਨ ਜੋ ਹੈ ਇਹ ਤਾਰਾ ਦੇ ਨਾਲ ਹੈ ਤਾਰਾ ਜੋ ਹੈ ਆਪਣੇ ਹਸਬੰਡ ਨਾਲ ਜਨੇਵਾ ਜਾਣਾ ਨਹੀਂ ਚਾਹਦੀ ਹੈ ਬਟ ਉਹਨੂੰ ਫੋਰਸਫੁਲੀ ਉਹ ਲੈ ਜਾਂਦਾ ਹੈ ਤੇ ਤਾਰਾ ਉਹਦਾ ਹਸਬੰਡ ਵੀ ਇੱਕ ਪ੍ਰੋਫੈਸਰ ਹੁੰਦਾ ਹੈ ਤਾਰਾ ਦੀ ਜੋ ਬੇਟੀ ਹੈ ਰਾਕਾ ਤਾਰਾ ਡਾਟਰ ਜੋ ਕਿ ਬਹੁਤ ਛੋਟੀ ਹੈ ਤੇ ਤਾਰਾ ਨਹੀਂ ਚਾਹਦੀ ਕਿ ਉਹ ਵੀ ਜੋ ਹੈ ਆਪਣੇ ਫਾਦਰ ਦਾ ਜੋ ਹੈ क्रੂਅਲ ਪਾਟ ਦੇਖੇ ਜਾਂ ਫਿਰ ਉਸ ਦੇ ਉਹ ਵੀ ਸਫਰਿੰਗ ਸਹੇ ਤਾਂ ਉਹ ਚਾਹਦੀ ਹੈ ਕਿ ਉਸ ਦੀ ਮਦਰ ਦੀ ਜੋ ਮਦਰ ਹੈ ਨੰਦਾ ਕੋਲ ਉਹ ਰਾਕਾ ਦੀ ਰਿਸਪੋਨਸੀਬਿਲਟੀ ਲਾ ਲੈ ਸੋ ਦੇਖੋ ਚਾਰ ਜਨਰੇਸ਼ਨਸ ਦੀ ਗੱਲ ਹੋ ਰਹੀ ਹੈ ਤੁਹਾਨੂੰ ਕੁਐਸਚਨ ਇਹ ਵੀ ਆ ਸਕਦਾ ਹੈ ਕੇ ਵਿੱਚ ਨੋਵਲ ਆਫ ਅਨੀਤਾ ਦੇਸਾਈ ਡਿਸਕ੍ਰਾਈਬਸ ਅ ਫੋਰ ਜਨਰੇਸ਼ਨਸ ਹੈ ਨਾ ਫੋਰ ਜਨਰੇਸ਼ਨਸ ਨੂੰ ਸ਼ੋ ਕਰਦਾ ਹੈ ਤਾਂ ਉਹ ਕਿਹੜਾ ਹੈ ਹਾਂਜੀ ਫਰਸਟ ਵਨ ਹੈ ਨੰਦਾਕਾਲ ਨੈਕਸਟ ਜਨਰੇਸ਼ਨ ਹੈ ਉਹਦੀ ਬੇਟੀ ਆਸ਼ਾ ਨੈਕਸਟ ਹੈ ਜੀ ਤਾਰਾ ਅੰਗੇ ਆਂਦੀ ਹੈ ਰਾਖਾ ਜੋ ਕਿ ਇੱਕ ਛੋਟੀ ਜੀ ਬੱਚੀ 8-9 ਸਾਲ ਦੀ ਠੀਕ ਹੈ ਜੀ 4 ਜਨਰੇਸ਼ਨ ਦੀ ਗੱਲ ਹੋ ਰਹੀ ਹੈ ਤੁਸੀਂ ਇੱਕ ਚੀਜ਼ ਨੋਟਿਸ ਕੀਤੀ ਕਿ ਕਿਉਂ ਤਾਰਾ ਨੇ ਆਪਣੀ ਬੇਟੀ ਨੂੰ ਆਪਣੀ ਮਾਂ ਆਸ਼ਾ ਦੇ ਕੋਲ ਕਿਉਂ ਨਹੀਂ ਭੇਜਿਆ ਮਾਂ ਦੀ ਮਾਂ ਕੋਲ ਹੀ ਕਿਉਂ ਭੇਜਿਆ ਕਿਉਂਕਿ ਆਸ਼ਾ ਇਜ਼ ਆਲਵੇਜ਼ ਇਨਵੋਲਡ ਇਨ ਫੋਟੋਗ੍ਰਾਫੀ ਫੋਟੋ ਸ਼ੂਟਸ অর ਮੈਗਜ਼ੀਨਸ ਦੇ ਕਵਰਸ ਵਾਸਤੇ ਜੋ ਹੈ ਚੀਜ਼ਾਂ ਲਿਖਣ ਯਾਨੀ ਕਿ ਉਹ ਸਿਰਫ ਆਪਣੇ ਵਰਲਡੀ ਆਪਣੀ ਹੀ ਦੁਨੀਆ ਚ ਮਸਤ ਹੈ ਉਹਨੂੰ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਮਤਲਬ ਉਹਨੂੰ ਕੀ ਹੈ ਸਿਰਫ ਵਰਲਡੀ ਪਲੇਜ਼ਰਸ ਜੋ ਉਹਨੂੰ ਮਿਲਦੇ ਆ ਫੋਟੋ ਸ਼ੂਟਸ ਜੋ ਕਰਾਉਂਦੀ ਆ ਉਹਦੇ ਚ ਹੀ ਸ਼ੌਂਕ ਹੈਗਾ ਪਾਰਟੀਆਂ ਵਗੈਰਾ ਚ ਜਾਣ ਦਾ ਸੋ ਤਾਰਾ ਨੂੰ ਲੱਗਦਾ ਹੈ ਕਿ ਨੰਦਾ ਕਾਲ ਇਜ਼ ਬੈਸਟ ਐਂਡ ਸੂਟਿਡ ਫਾਰ ਰਾਕਾ ਰਾਕਾਜ਼ ਕਸਟਡੀ ਠੀਕ ਹੈ ਭਈ ਰਾਕਾ ਥੋੜੇ ਟਾਈਮ ਲਈ ਜੋ ਹੈ ਨੰਦਾ ਕਾਲ ਕੁਲ ਰਲੇ ਸੋ ਆਸ਼ਾ ਜੋ ਹੈ ਲੈਟਰ ਲਿਖਦੀ ਹੈ ਫਸਟ ਜੋ ਇਹਦਾ ਪਾਰਟ ਹੈ ਉਹਦੇ ਵਿੱਚ ਕੀ ਹੈ ਓਕੇ ਈਲਾ ਦਾਸ ਹੈ ਜੋ ਕਿ ਨੰਦਾ ਕਾਲ ਦੀ ਸਕੂਲ ਫਰੈਂਡ ਹੈ ਪਾਰਟ ਜੋ ਹੈ 1 ਦੇ ਵਿੱਚ ਕੀ ਕੀਤਾ ਜਾਂਦਾ ਹੈ ਪਾਰਟ 1 ਚ ਦੱਸਿਆ ਜਾਂਦਾ ਹੈ ਕਿ ਨੰਦਾ ਕੋਲ ਨੂੰ ਲੈਟਰ ਮਿਲਦਾ ਹੈ ਆਪਣੀ ਬੇਟੀ ਦਾ ਆਸ਼ਾਦਾਜੀ ਨੇ ਚ ਲਿਖਿਆ ਹੁੰਦਾ ਹੈ ਕਿ ਤਾਰਾ ਦੀ ਬੇਟੀ ਰਾਕਾ ਉਸ ਦੇ ਕੋਲ ਰਹਿਣ ਆ ਰਹੀ ਹੈ ਇੱਕ ਖਬਰ ਸੁਣ ਕੇ ਹੀ ਜੋ ਨੰਦਾ ਕੋਲ ਹੈ ਬਹੁਤ ਜ਼ਿਆਦਾ ਸਟ्रेस ਵਿੱਚ ਆ ਜਾਂਦੀ ਹੈ ਉਹਨੂੰ ਇਹ ਲੱਗਦਾ ਕਿ ਮੇਰੀ ਜੋ ਹੈ ਪ੍ਰਾਇੋਰਟੀ ਖਤਮ ਹੋ ਜਾਏਗੀ ਮੇਰੀ ਜੋ ਹੈ ਇੱਕ ਸਪੇਸ ਹੈ ਜਿਹੜਾ ਮੇਰਾ ਹੈ ਨਾ ਮੇਰੀ ਪ੍ਰਾਈਵੇਸੀ ਹੈ ਉਹ ਕਦੇ ਖਲਲ ਪਏਗਾ ਕਿਉਂਕਿ ਮੈਂ ਨਹੀਂ ਚਾਹਦੀ ਮੇਰੇ ਕੋਲ ਆ ਕੇ ਕੋਈ ਰਵੇ ਕਿ ਕਾਫੀ ਟਾਈਮ ਤੋਂ ਜੋ ਹੈ ਉਹ ਇਕੱਲੀ ਰਹਿ ਰਹੀ ਹੈ ਤੈਨੂੰ ਨਹੀਂ ਪਸੰਦ ਜ਼ਿਆਦਾ ਕਿਸੇ ਦੇ ਨਾਲ ਮਿਕਸ ਅਪ ਹੋਣਾ ਸੋ ਉਹਨੂੰ ਬੜੀ ਪਰੇਸ਼ਾਨੀ ਹੁੰਦੀ ਹੈ ਉਹ ਸੋਚਦੀ ਰਹਿੰਦੀ ਹੈ ਕਿ ਹੁਣ ਕੀ ਹੋਏਗਾ ਹੁਣ ਕੀ ਹੋਏਗਾ ਸੈਕਿੰਡ ਪਾਰਟ ਦੇ ਵਿੱਚ ਕੀ ਹੁੰਦਾ ਹੈ ਤੇ ਫਰਸਟ ਪਾਰਟ ਦੇ ਵਿੱਚ ਕੀ ਹੈ ਈਲਾ ਬਹੁਤ ਖੁਸ਼ ਹੁੰਦੀ ਹੈ ਉਹ ਕਹਿੰਦੀ ਕਿ ਲੈ ਬਹੁਤ ਖੁਸ਼ੀ ਦੀ ਗੱਲ ਹੈ ਕਿ ਜੋ ਤੇਰੀ ਮਤਲਬ ਕਿ ਪਰਦੋਤੀ ਜੋ ਹੈ ਉਹ ਆ ਰਹੀ ਹੈ ਤੇ ਸੈਕਿੰਡ ਪਾਰਟ ਜੋ ਹੈ ਉਹਦੇ ਵਿੱਚ ਜੋ ਹੈ ਰਾਕਾ ਆ ਜਾਂਦੀ ਹੈ ਰਾਕਾ ਜੋ ਹੈ ਮੰਕੀ ਪੁਆਇੰਟ ਦੀ ਇੱਥੇ ਗੱਲ ਆ ਰਹੀ ਹੈ ਤਾਂ ਮੰਕੀ ਪੁਆਇੰਟ ਤਾਂ ਮੈਂ ਬ੍ਰੈਕਟਸ ਪਾਇਆ ਕਿ ਇਟ ਇਜ਼ ਇੰਪੋਰਟੈਂਟ ਰਾਕਾ ਜਦੋਂ ਆਂਦੀ ਹੈ ਤਾਂ ਜੋ ਨੰਦਾ ਕੋਲ ਹੈ ਉਹਨੂੰ ਪੂਰੇ ਤਰੀਕੇ ਦੇ ਨਾਲ ਇਗਨੋਰ ਕਰ ਦਿੰਦੀ ਹੈ ਉਸ ਤੋਂ ਜ਼ਿਆਦਾ ਬੁਲੰਦੀ ਨਹੀਂ ਹੈ ਰਾਕਾ ਵੀ ਅੱਗੋਂ ਦੀ ਕੀ ਹੈ ਸਭ ਚੀਜ਼ਾਂ ਨੂੰ ਨੋਟਿਸ ਕਰਦੀ ਸਭ ਚੀਜ਼ਾਂ ਨੂੰ ਨਵੇਂ-ਨਵੇਂ ਲੱਗਦੀਆਂ ਈਵਨ ਉਹ ਵੀ ਨੰਦਾ ਕੌਲ ਦੀ ਤਰ੍ਹਾਂ ਹੀ ਜ਼ਿਆਦਾ ਲੋਕਾਂ ਨੂੰ ਇਨਵੋਲ ਨਹੀਂ ਹੁੰਦੀ ਸੋ ਉਹ ਵੀ ਜ਼ਿਆਦਾ ਬੁਲਾਣਾ ਪਸਾਨ ਨਹੀਂ ਕਰਦੀ ਅਗਰ ਨੰਦਾ ਉਹ ਨੂੰ ਇਗਨੋਰ ਕਰਦੀ ਤਾਂ ਰਾਕਾ ਡਬਲ ਇਗਨੋਰ ਕਰਦੀ ਹੈ ਬਟ ਰਾਕਾ ਦੀ ਜੋ ਹੈ ਫਰੈਂਡਸ਼ਿਪ ਹੋ ਜਾਂਦੀ ਹੈ ਜੋ ਰਾਮਲਾ ਲੰਕਲ ਹੈ ਕੁੱਕ ਹੈ ਉਹਦੇ ਨਾਲ ਰਾਕਾ ਉਸ ਨਾਲ ਖੇਲਦੀ ਹੈ ਹੱਸਦੀ ਖੇਲਦੀ ਹੈ ਇੱਕ ਜੋ ਨੰਦਾ ਕੌਲ ਹੈ ਧੀਰੇ-ਧੀਰੇ ਨੂੰ ਲੱਗਣ ਲੱਗ ਜਾਂਦਾ ਹੈ ਕਿ ਇਹ ਲੜਕੀ ਤਾਂ ਬਿਲਕੁਲ ਮੇਰੇ ਵਰਗੀ ਹੈ ਸੋ ਉਹ ਇੱਕ ਫੀਲ ਅਟੈਚਮੈਂਟ ਫੀਲ ਕਰਨ ਲੱਗ ਜਾਂਦੀ ਹੈ ਉਸਦੇ ਨਾਲ ਇੱਕ ਦਿਨ ਉਹ ਆਫਰ ਕਰਦੀ ਨੰਦਾਕੋਲ ਖੁਦ ਕਿ ਆਪਾਂ ਵਾਕ ਤੇ ਚੱਲਦੇ ਆ ਵਾਕ ਤੇ ਦੋ ਜਾਣਦੇ ਨੰਦਾਕੋਲ ਆਪਣੀ ਸਟੋਰੀਜ਼ ਉਹਨੂੰ ਦੱਸਦੀ ਹੈ ਪਰ ਸ਼ੀ ਇਸ ਨਾਟ ਇੰਟਰਸਟਿਡ ਐਟ ਆਲ ਉਹਨੂੰ ਸੁਣਨ ਚ ਕੋਈ ਇੰਟਰਸਟ ਨਹੀਂ ਹੈਗਾ ਬਟ ਸਟਿਲ ਉਹ ਚੱਲ ਰਹੀ ਹੈ ਨਾਲ ਤਾਂ ਉਸ ਚੀਜ਼ ਨੂੰ ਵੀ ਵੇਖ ਕੇ ਨੰਦਾ ਬਹੁਤ ਖੁਸ਼ ਹੁੰਦੀ ਹੈ ਕਿ ਤਾਂ ਸੇਮ ਮੇਰੇ ਵਰਗੀ ਹੈ ਧੀਰੇ ਧੀਰੇ ਉਹਨਾਂ ਦੇ ਵਿੱਚ ਕੀ ਹੈ ক্লোਜ਼ ਦਾ ਇਹਸਾਨ ਲੱਗ ਜਾਂਦੀ ਹੈ ਇੱਕ ਦਿਨ ਕੀ ਹੈ ਇੱਕ ਬਹੁਤ ਜ਼ਿਆਦਾ ਫਾਇਰ ਲੱਗ ਜਾਂਦੀ ਹੈ ਇੱਕ ਮਾਊਂਟਨ ਤੇ ਤੇ ਫਟਾਫਟ ਜੋ ਹੈ RAMLAL ਉਹ ਬਾਅਰ ਖੇਲਣ ਗਈ ਰਾਕਰ ਨੂੰ ਲੈ ਆਂਦਾ ਹੈ ਥਰਡ ਪਾਰਟ ਦੇ ਵਿੱਚ ਕੀ ਹੈ ਈਲਾ ਕੇਮ ਟੂ ਮੀਟ ਰਾਖਾ ਰਾਖਾ ਨੂੰ ਮਿਲਣ ਵਾਸਤੇ ਈਲਾ ਆਂਦੀ ਹੈ ਈਲਾ ਜੋ ਕਿ ਇੱਕ ਸੋਸ਼ਲ ਵਰਕਰ ਵੀ ਹੈ ਬਟ ਐਟ ਦ ਐਂਡ ਕੀ ਹੁੰਦਾ ਪ੍ਰੀਤ ਸਿੰਘ ਨਾਮ ਦਾ ਬੰਦਾ ਹੁੰਦਾ ਹੈ ਜਿਸ ਦੀ ਬੇਟੀ ਦੀ ਉਹ ਜਿਸਨੇ ਕੀ ਕਰਤਾ ਈਲਾ ਦਾ ਰੇਪ ਕਰਕੇ ਈਲਾ ਨੂੰ ਕੀ ਹੈ ਮਾਰ ਦਿੰਦਾ ਹੁੰਦਾ ਕੀ ਹੈ ਕਿ ਕਿਉਂ ਐਦਾਂ ਕਰਦਾ ਉਹ ਕਿਉਂਕਿ ਪ੍ਰੀਤ ਸਿੰਘ ਈਲਾ ਜੋ ਹੈ ਐਜ਼ ਅ ਸੋਸ਼ਲ ਵਰਕਰ ਪ੍ਰੀਤ ਸਿੰਘ ਨੂੰ ਰੋਕਦੀ ਹੈ ਆਪਣੀ ਜੋ ਹੈ ਛੋਟੀ ਬੱਚੀ ਜੋ ਕਿ ਹੱਲੇ ਕੀ 18 ਸਾਲ ਬਾਲਿਕ ਨਹੀਂ ਹੋਈ ਹੈ ਉਸ ਦੀ ਮੈਰਿਜ ਕਰਨ ਤੋਂ ਉਸ ਨੂੰ ਰੋਕਦੀ ਹੈ ਕਿ ਹਲੇ ਇਸ ਦੀ ਮੈਰਿਜ ਨਾ ਕਰੋ ਇਹ ਬਹੁਤ ਛੋਟੀ ਹੈ ਤਾਂ ਐਸ ਸੀ ਦਾ ਗੁੱਸਾ ਕੱਢਣ ਵਾਸਤੇ ਜੋ ਹੈ ਉਹ ਈਲਾ ਨੂੰ ਰੇਪ ਕਰਕੇ ਈਲਾ ਨੂੰ ਮਾਰ ਦਿੰਦਾ ਹੈ ਸੋ ਦਿਸ ਇਜ਼ ਅ ਸਟੋਰੀ ਆਫ ਸਾਈਕੋਲੋਜੀਕਲ ਥ੍ਰਿਲਰ ਆਫ ਕ੍ਰਾਈਮ ਫਾਇਰ ਔਨ ਦਾ ਮਾਊਂਟਨ ਸੋ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਨੈਕਸਟ ਜੋ ਸਟੋਰੀ ਆ ਜਾਂਦੀ ਹੈ ਆਪਣੇ ਕੋਲ ਆ ਜਾਂਦੀ ਹੈ ਕਲੀਅਰ ਲਾਈਟ ਆਫ ਦਾ ਡੇ ਹਾਂਜੀ ਆਈ ਹੋਪ ਸੋ ਇਨੀਆਂ ਸਾਰੀਆਂ ਸਟੋਰੀਸ ਤੁਹਾਨੂੰ ਕਲੀਅਰ ਹੋਣ ਗਿਆ ਕਲੀਅਰ ਲਾਈਟ ਆਫ ਦਾ ਡੇ ਜੋ ਹੈ ਇਹ ਵੀ ਇੱਕ ਡੋਮੈਸਟਿਕ ਫਿਕਸ਼ਨਲ ਨੋਵਲ ਹੈ ਹਾਂਜੀ ਡੋਮੈਸਟਿਕ ਫਿਕਸ਼ਨ ਨੋਵਲ ਹੈ ਪਬਲਿਸ਼ ਹੋਇਆ ਸੀ 1980 ਦੇ ਵਿੱਚ ਆਟੋ ਬਾਇਓਗ੍ਰਾਫੀਕਲ ਨੋਵਲ ਕਿਹਾ ਜਾਂਦਾ ਇਹਨੂੰ ਅ ਕ੍ਰਿਤਾ ਦੇ ਸਾਈਚ ਦਾ ਤਾਂ ਇਹ ਬਹੁਤ ਹੀ ਇੰਪੋਰਟੈਂਟ ਹੈ ਕਿਉਂਕਿ ਆਟੋ ਬਾਇਓਗ੍ਰਾਫੀਕਲ ਹੈ ਇੱਕ ਕੋਈ ਵਰਕ ਹੈ ਜੋ ਆਟੋ ਬਾਇਓਗ੍ਰਾਫੀਕਲ ਮੰਨਿਆ ਜਾਂਦਾ ਹੈ ਤਿੰਨ ਫੈਮਲੀਆਂ ਦੇ ird gird ਜੋ ਹੈ ਇਹ ਕਹਾਣੀ ਘੁੰਮਦੀ ਹੈ ਦਾਸ ਫੈਮਿਲੀ ਮਿਸ਼ਰਾ ਫੈਮਿਲੀ ਐਂਡ ਹੈਦਰ ਫੈਮਿਲੀ ਠੀਕ ਹੈ ਜੀ ਸਭ ਤੋਂ ਪਹਿਲਾਂ ਆ ਗਈ ਗੱਲ 10 ਫੈਮਿਲੀ ਦੀ ਸਾਰੀ ਕਹਾਣੀ ਬੇਸਿਕਲੀ ਨੋਵਲ ਜ਼ਿਆਦਾਤਰ ਕੀ ਦੇ ਅੱਗੇ ਰੋਟੇਟ ਕਰਦਾ ਹੈ ਤਾਂ ਉਹ ਹੈ 10 ਫੈਮਿਲੀ 10 ਫੈਮਿਲੀ ਚ ਸਭ ਤੋਂ ਪਹਿਲਾਂ ਆਉਂਦੇ ਜੀ ਮਿਸਟਰ ਐਂਡ ਮਿਸਿਸ ਦਾਸ ਮਿਸਟਰ ਐਂਡ ਮਿਸਿਸ ਦਾਸ ਜਿਨ੍ਹਾਂ ਨੂੰ ਜੋ ਕਿ ਕਾਰਡਸ ਹੀ ਖੇលਦੇ ਰਹਿੰਦੇ ਆ ਮਤਲਬ ਕੀ ਹੈ ਇਹਨਾਂ ਨੂੰ ਸ਼ੌਂਕ ਹੈ ਸਿਰਫ ਤੇ ਸਿਰਫ ਕਾਰਡਸ ਖੇਲਣ ਦਾ ਇੱਕ ਹੋਰ ਚੀਜ਼ ਤੁਹਾਨੂੰ ਦੱਸਾਂ ਸੀ ਇਹ ਜੋ ਸਟੋਰੀ ਹੈ ਪਹਿਲਾ 1980 ਵਿੱਚ ਸਟਾਰਟ ਹੁੰਦੀ ਹੈ ਦੈਨ 1947 ਦੇ ਵਿੱਚ ਚੱਲੇ ਜਾਂਦੀ ਹੈ ਫਲੈਸ਼ਬੈਕ ਟੈਕਨੀਕ ਦੈਨ 1940s ਚ ਚਲੀ ਜਾਂਦੀ ਹੈ ਤਾਂ ਐਂਡ ਅਗੇਨ 1980s ਦੇ ਵਿੱਚ ਜੋ ਹੈ ਫੇਰ ਵਾਪਿਸ ਆ ਜਾਂਦੀ ਹੈ ਸੋ ਇਹ ਜੋ ਹੈ ਕੀ ਹੈ ਫਲੈਸ਼ਬੈਕ ਟੈਕਨੀਕ ਨੂੰ ਯੂਜ਼ ਕਰਦੀ ਹੈ ਪਹਿਲਾ 1980s ਦੀ ਗੱਲ ਹੁੰਦੀ ਹੈ ਮਿਸਟਰ ਐਂਡ ਮਿਸਸ ਦਾਸ ਜੋ ਹੈ ਉਹਨਾਂ ਦੇ ਬੱਚੇ ਨੇ ਠੀਕ ਹੈ ਕੌਣ ਕੌਣ ਬਿਮਲਾ ਜੀ ਨੂੰ ਬਿਮ ਕਿਹਾ ਜਾਂਦਾ ਹੈ ਨੈਕਸ ਜੀ ਤਾਰਾ ਰਾਜਾ ਤਾਰਾ ਐਂਡ ਬਾਬਾ ਜੋ ਕਿ ਮੈਂਟਲੀ ਡਿਸਟਰਬਡ ਹੈ ਮਿਸਟਰ ਐਂਡ ਮਿਸਿਸ ਦਾਸ ਦਾ ਨਾਮ ਮੈਂਸ਼ਨ ਨਹੀਂ ਹੈ ਇਹ ਇਸ ਤਰੀਕੇ ਦੇ ਪੈਰੈਂਟਸ ਹੈ ਜੋ ਆਪਣੇ ਬੱਚਿਆਂ ਵੱਲ ਬਿਲਕੁਲ ਧਿਆਨ ਨਹੀਂ ਦਿੰਦੇ ਤੇ ਸਿਰਫ ਤੇ ਸਿਰਫ ਇਹਨਾਂ ਨੂੰ ਕਲੱਬ ਜਾਣਾ ਪਾਰਟੀਆਂ ਕਰਨਾ ਠੀਕ ਹੈ ਕਾਰਡਸ ਖੇਲਣਾ ਆਹੀ ਸਭ ਪਸੰਦ ਹੈ ਆਪਣੇ ਬੱਚਿਆਂ ਦਾ ਧਿਆਨ ਰੱਖਣ ਵਾਸਤੇ ਇੱਕ ਇਹਨਾਂ ਨੇ ਆਪਣੀ ਮਾਸ ਆਪਣੀ ਭੈਣ ਨੂੰ ਬੁਲਾਇਆ ਹੋਇਆ ਹੈ ਮਿਸਿਸ ਦਾਸ ਨੇ ਆਂਟ ਮੀਰਾ ਜੋ ਕਿ ਮਾਸੀ ਹੈ ਬੱਚਿਆਂ ਦੀ ਉਹਨੂੰ ਕਿਉਂ ਬੁਲਾਇਆ ਹੈ ਕਿਉਂਕਿ ਉਹ ਵਿਚਾਰੀ ਦਾ ਹਸਬੈਂਡ ਦੀ ਡੈਥ ਹੋ ਚੁੱਕੀ ਹੈ ਉਹ ਇਕੱਲੀ ਹੈ ਤੇ ਉਸਦੇ ਉਸ ਦਾ ਧਿਆਨ ਕੋਣ ਰੱਖੇਗਾ ਮਤਲਬ ਇਹਨਾਂ ਨੇ ਉਸਨੂੰ ਬੁਲਾਇਆ ਹੈ ਆਪਣੇ ਬੱਚਾ ਦਾ ਧਿਆਨ ਰੱਖਣ ਵਾਸਤੇ ਤੇ ਉਹ ਚਾਰੀ ਆ ਜਾਂਦੀ ਹੈ ਚੁੱਪ ਕਰਕੇ ਕੀ ਹੈ ਇਹਨਾਂ ਬੱਚਾ ਦਾ ਧਿਆਨ ਰੱਖਦੀ ਹੈ ਨੈਕਸਟ ਹੈ ਜੀ ਬਿਮਲਾ ਜੋ ਹੈ ਇਸ ਸੈਟਿੰਗ ਜੋ ਹੈ 올ਡ ਦਿੱਲੀ ਦੀ ਹੈ ठीक है हूँ जो एटीन नाइनटीन एटीज गल तो ये ओल्ड दिल्ली की जो सैटिंग है तो सैटिंग बहुत इंपॉर्टेंट है एक हिस्ट्री टीचर होंगी बिमला अनमैरिड है यानी स्परिंसर है स्परिंस की होंगे जिसकी मैरिज नहीं हुई है ठीक तो एज बहुत हो जाती है बट मैरिज नहीं होंगी स्प्रिंसटर कहें अनमैरिड परसन सो बिमला जो है रा, जो राजा है बिमला तो छोटा है तारा है एंड बाबा है ठीक है बाबा जो इनका बच्चा है वो मैंटली डिस्टर्ब है पहला आंट मा जो मीरा है वो बाबा बाबा केयर करती है जो तो बच्चे छोटे होंगे है बट जो तो आंट मीरा की भी डैथ हो जाती है नाइनटीन एटीज तक उ तो जो है फिर बिमला जो है बाबा द केयर करती है जो तो कहानी स्टार्ट है तो होंनटीन एटीज़ के है कि तारा जो है अपने हसबेंड तारा की मैरिज हो चुकी है ਤਾਰਾ ਆਪਣੇ ਹਸਬੰਡ ਬਕੁਲ ਜੋ ਕਿ ਅਮਰੀਕਾ ਦੇ ਵਿੱਚ ਰਹਿੰਦੇ ਨੇ ਇਹ ਆਂਦੇ ਨੇ 올ਡ ਦਿੱਲੀ ਦੇ ਵਿੱਚ ਮਿਲਣ ਵਾਸਤੇ ਬਿਮਲਾ ਤੇ ਬਾਬਾ ਨੂੰ ਬਾਬਾ ਜੋ ਕਿ ਮੈਂਟਲੀ ਡਿਸਟਰਬਡ ਹੈ ਠੀਕ ਹੈ ਇਹ ਨਾਲ ਉਹਨਾਂ ਨੂੰ ਹਰ 3 ਸਾਲ ਜਾਂਦੇ ਆ ਵੈਸੇ ਤਾਂ ਬਟ ਹੁਣ ਕਿਉਂ ਆਏ ਆ ਮਿਲਣ ਵਾਸਤੇ ਕਿਉਂਕਿ ਰਾਜਾ ਜੋ ਹੈ ਉਸ ਦੀ ਮੈਰਿਜ ਹੋ ਰਹੀ ਉਸ ਦੀ ਬੇਟੀ ਦੀ ਮੈਰਿਜ ਹੋ ਰਹੀ ਹੈ ਇੱਥੇ ਜੋ ਅਸੀਂ ਪਹਿਲਾਂ ਗੱਲ ਕੀਤੀ ਸੀ ਦਾਸ ਫੈਮਿਲੀ ਮਿਸ਼ਰਾ ਫੈਮਿਲੀ ਐਂਡ ਹੈਦਰ ਫੈਮਿਲੀ ਹੈਦਰ ਕਿਹਦੇ ਨਾਲ ਰਾਜਾ ਦੀ ਖੁਦ ਦੀ ਮੈਰਿਜ ਕਿਹਦੇ ਨਾਲ ਹੋਈ ਹੈ ਹੈਦਰ ਫੈਮਿਲੀ ਦੀ ਬੇਟੀ ਯਾਨੀ ਕਿ ਮੁਸਲਮਾਨਾ ਦੀ ਕੁੜੀ ਦੇ ਨਾਲ ਉਹਨਾਂ ਦੀ ਉਹਨਦੀ ਜੋ ਮੈਰਿਜ ਹੋਈ ਹੋਈ ਹੈ ਤੇ ਉਹ ਜੋ ਹੈ ਹੈਦਰਾਬਾਦ ਵਿੱਚ ਹੀ ਸ਼ਿਫਟ ਨੇ ਸੋ ਰਾਜਾ ਤੇ ਮਿਸਟਰ ਹੈਦਰ ਜੋ ਹੈ ਉਹਨਾਂ ਦੀ ਬੇਟੀ ਇਹਨਾਂ ਦੋਨਾਂ ਦੀ ਬੱਚੀ ਹੈ ਇੱਕ ਉਸ ਦੀ شادی ਹੈ ਉਸ ਦੀ شادی ਤੇ ਆਏ ਹੁੰਦੇ ਆ ਤੇ ਬਿਮਲਾ ਜੋ ਹੈ ਉਹਨੂੰ ਮਨਾਉਂਦੇ ਕਿ ਤੂੰ ਚੱਲ ਰਾਜਾ ਦੀ ਬੇਟੀ ਦੀ ਮੈਰਿਜ ਹੈ ਤੇ ਤੈਨੂੰ ਜਾਣਾ ਚਾਹੀਦਾ ਤੇ ਤੂੰ ਚੱਲ ਉਹ ਨਹੀਂ ਜਾਂਦੀ ਕਿਉਂਕਿ ਉਹਨੂੰ ਜੋ ਹੈ ਰਾਜਾ ਤੇ ਬਹੁਤ ਜ਼ਿਆਦਾ ਗੁੱਸਾ ਹੁੰਦਾ ਕਿ ਕਿਸੇ ਟਾਈਮ ਤੇ ਰਾਜਾ ਨੇ ਉਹਨੂੰ ਲੈਟਰ ਲਿਖਿਆ ਸੀ ਸੋ ਇਹ ਸਭ ਦੇ ਸਬਦਾਸ ਫੈਮਿਲੀ ਉਹ ਕਿੰਦੇ ਘਰ ਦੇ ਵਿੱਚ ਰੈਂਟ ਤੇ ਰਹਿ ਰਹੇ ਹੁੰਦੇ ਆ ਉਹ ਹੈਦਰ ਫੈਮਿਲੀ ਦੇ ਘਰ ਦੇ ਵਿੱਚ ਰੈਂਟ 'ਚ ਰਹਿ ਰਹੇ ਹੁੰਦੇ ਆ ਤੇ ਰਾਜਾ ਨੂੰ ਹੈਦਰ ਫੈਮਿਲੀ ਜੋ ਹੈ ਮਿਸਟਰ ਹੈਦਰ ਦੀ ਹੀ ਬੇਟੀ ਨਾਲ ਪਿਆਰ ਹੋ ਜਾਂਦਾ ਤੇ ਉਹ ਦੋਨੋਂ ਸ਼ਾਦੀ ਕਰਾ ਕੇ ਜੋ ਹైదరాబాద్ ਤੋਂ ਸੈਟਲਡ ਆਉਨ ਹੋ ਜਾਂਦੇ ਆ ਫਿਰ ਇਹ ਕਹਾਣੀ ਸੋਰੀ ਜੋ ਜਾਂਦੀ ਹੈ ਉਹ ਜਾਂਦੀ ਹੈ ਜੀ 1947 ਦੇ ਵਿੱਚ ਜਦੋਂ ਕੀ ਹੈ ਬੱਚੇ ਛੋਟੇ ਛੋਟੇ ਹੁੰਦੇ ਆ ਮਾਂ ਆਂਟ ਮਾਸੀ ਮੀਰਾ ਜੋ ਹੈ ਧਿਆਨ ਰੱਖਦੀ ਹੈ ਬੱਚਿਆਂ ਦਾ ਤੇ ਉਹਦੀ ਜੋ ਧੀਰੇ ਧੀਰੇ ਅਟੈਚਮੈਂਟ ਉਹ ਬਿਮਲਾ ਦੇ ਨਾਲ ਕਾਫੀ ਜ਼ਿਆਦਾ ਹੋ ਜਾਂਦੀ ਹੈ ਰਾਜਾ ਜੋ ਹੈ ਜਦੋਂ ਉਹ ਹైదరాబాద్ ਸ਼ਿਫਟ ਹੋਇਆ ਜਾਣ ਲੱਗਦਾ ਉਸ ਤੋਂ ਪਹਿਲਾਂ ਜੋ ਹੈ ਰਾਜਾ ਦੀ ਮੁਲਾਕਾਤ ਰਾਜਾ ਨੂੰ ਟੀਬੀ ਹੋ ਜਾਂਦਾ ਟਿਊਬਰਕਲੋਸਿਸ ਦੀ ਬਿਮਾਰੀ ਹੋ ਜਾਂਦੀ ਹੈ ਤੇ ਉਹਦਾ ਟਰੀਟਮੈਂਟ ਕਰਨ ਵਾਸਤੇ ਡਾਕਟਰ ਵਿਸਵਾਸ ਜੋ ਹੈ ਉਹ ਕਰੇ ਆਂਦੇ ਆ ਠੀਕ ਹੈ ਜਿਹੜੇ ਆ ਡਾਕਟਰ ਵਿਸਵਾਸ ਹੈ ਇੱਕ ਜਦੋਂ ਘਰ ਆਂਦੇ ਆ ਤੇ ਇਹਨਾਂ ਦੀ ਅਟੈਚਮੈਂਟ ਬਿਮਲਾ ਨਾਲ ਹੋ ਜਾਂਦੀ ਹੈ ਤੇ ਇਹ ਚਾਹੁੰਦੇ ਕਿ ਬਿਮਲਾ ਲੈ ਇਹਨਾਂ ਦੀ ਸ਼ਾਦੀ ਹੋ ਜਾਏ ਸੋ ਬਿਮਲਾ ਦੇ ਨਾਲੇ ਸ਼ਾਦੀ ਕਰਾਉਣਾ ਚਾਹੁੰਦੇ ਆ ਬਟ ਬਿਮਲਾ ਜੋ ਹੈ ਸ਼ਾਦੀ ਨਹੀਂ ਕਰਾਂਦੀ ਐਂਡ ਤੇ ਕੀ ਹੁੰਦਾ ਰਾਜਾ ਚਲਾ ਜਾਂਦਾ ਤੇ ਜੋ ਲੈਟਰ ਦੀ ਗੱਲ ਹੈ ਉਹ ਕੀ ਗੱਲ ਹੈ ਫਿਰ ਰਾਜਾ ਲੈਟਰ ਲਿਖ ਕੇ ਬਿਮਲਾ ਨੂੰ ਇਹ ਕਹਿੰਦਾ ਕਿ ਰੈਂਟ ਪਰਦੇ ਰਿਹਾ ਜੇ ਮਕਾਨ ਦਾ ਅਸੀਂ ਤੁਹਾਡਾ ਰੈਂਟ ਨਹੀਂ ਵਧਾਰੇ ਮਤਲਬ ਖੁਦ ਮੈਰਿਜ ਕਰਾਰੀ ਖੁਦ ਸੈਟਲਡਾਊਨ ਹੋ ਗਿਆ ਪਲੱਸ ਉਹਨੂੰ ਕਹਿ ਰਿਹਾ ਕਿ ਆਪਣੀ ਜ਼ਿੰਦਗੀ ਤੇ ਬਾਬਾ ਦੀ ਜ਼ਿੰਦਗੀ ਤੂੰ ਹੀ ਸੰਭਾਲਣੀ ਹੈ ਸੋ ਇਸ ਤਰੀਕੇ ਨਾਲ ਕਹਾਣੀ ਹੈ ਤਿੰਨ ਕੇਸਸ ਜਾਂਦੀ ਹੈ ਫਿਰ ਉਹਨੂੰ ਮਨਾਉਂਦੇ ਹੋ ਜਾਂਦੀ ਨਹੀਂ ਇੱਕ ਇਹਦੇ ਚ ਗੱਲ ਆਉਂਦੀ ਸੀ ਮਿਸ਼ਰਾ ਫੈਮਲੀ ਦੀ ਮਿਸ਼ਰਾ ਫੈਮਲੀ ਦੇ ਵਿੱਚ ਜੋ ਹੈ ਦੋ ਲੜਕੀਆਂ ਨੇ ਤੇ ਦੋ ਲੜਕੇ ਨੇ ਹੈਨਾ ਸੋ ਸਾਰੇ ਦੇ ਸਾਰੇ ਬੱਚੇ ਕਾਮਚੋਰ ਹੈ ਕੋਈ ਵੀ ਕੰਮ ਨਹੀਂ ਕਰਨਾ ਚਾਹੁੰਦੇ ਦੋਨੋਂ ਬੇਟੀਆਂ ਨੇ ਜੋ ਉਹ ਵੀ ਆਪਣੇ ਹਸਬੈਂਡਸ ਨੇ ਉਹਨਾਂ ਦੇ ਛੋੜਿਆ ਹੋਇਆ ਕਿਉਂਕਿ ਕਾਮਚੋਰ ਹੈ ਤਾਂ ਉਹਨਾਂ ਨੂੰ ਪੱਕੇ ਬੁਹੇ ਤੇ ਹੀ ਬੈਠੀਆਂ ਸੋ ਮਿਸ਼ਰਾ ਫੈਮਲੀ ਦੇ ਚਾਰੋਂ ਬੱਚੇ ਜੋ ਹੈ ਉਹ ਕਾਮਚੋਰ ਹੈ ਤੇ ਮਿਸ਼ਰਾ ਫੈਮਲੀ ਦੀ ਬੇਟੀਆਂ ਨੂੰ ਮਿਲਨ ਜਾਂਦੀ ਹੈ ਤਾਰਾ ਤਾਰਾ ਕਿਉਂਕਿ ਉਹਨਾਂ ਦੀ ਫਰੈਂਡ ਹੁੰਦੀ ਹੈ ਤੇ ਤਾਰਾ ਨੂੰ ਪਹਿਲੀ ਵਾਰ ਬਕੁਲ ਵੀ ਮਿਸ਼ਰਾ ਫੈਮਲੀ ਦੇ ਘਰ 'ਚ ਮਿਲਿਆ ਹੁੰਦਾ ਸੋ ਉਹਨਾਂ ਨਾਲ ਕਾਫੀ ਜ਼ਿਆਦਾ ਗੱਲਾਂ ਕਰਦੀ ਹੈ ਸੋ ਇਸ ਤਰੀਕੇ ਦਾ ਨੋਵਲ ਹੈ ਐਟ ਦ ਐਂਡ ਚਲੋ ਬਿਮਲਾ ਜੋ ਹੈ ਰਾਜਾ ਨੂੰ ਮaaf ਵੀ ਕਰ ਦਿੰਦੀ ਹੈ सो ए नॉवल्स की कहानी सी नैक्सट जो है आप गए नैक्सट नोवल की हाँ जी एक सेकेंड सो नैक्सट है बच्चे थोड़ा इन कस्टडी नावल ਜੀ 인 ਕਸਟਰੀ ਜੋ ਨੋਵਲ ਹੈ ਤੁਹਾਡਾ ਬੱਚੇ ਇਹਦੀ ਸੈਟਿੰਗ ਜੋ ਹੈ ਉਹ ਦਿੱਲੀ ਵਿੱਚ ਹੈ ਠੀਕ ਹੈ ਦਿੱਲੀ ਦੇ ਵਿੱਚ ਸੈਟ ਹੈ ਨੋਵਲ ਪਿਛਲਾ ਜਿਹੜਾ ਨੋਵਲ ਸੀ 올ਡ ਦਿੱਲੀ ਵਿੱਚ ਸੀ ਪਬਲਿਸ਼ ਕਦੋਂ ਹੋਇਆ 1984 ਵਿੱਚ ਠੀਕ ਹੈ ਫੇਮਸ ਨੋਵਲ ਹੈ 인 ਕਸਟਰੀ 1984 ਦੇ ਦੰਗੇ ਯਾਦ ਰੱਖਣਾ ਉਦੋਂ ਸਾਰਿਆਂ ਨੂੰ ਜੇਲ੍ਹਾਂ ਚ ਪਾਇਆ ਗਿਆ ਸੀ ਤਾਂ ਇਸ ਤਰੀਕੇ ਨਾਲ ਸੀ ਤਾਂ ਪਬਲਿਸ਼ਰ ਯਾਦ ਰੱਖਿਆ ਸੀ ਨੈਕਸਟ ਹੈ ਸ਼ਾਰਟਲਿਸਟ ਹੋਇਆ ਸੀ ਬੁਕਰ ਪ੍ਰਾਈਜ਼ ਵਾਸਤੇ ਇਸ ਵਾਸਤੇ ਦਾ ਨਾਮ ਇੰਪੋਰਟੈਂਟ ਹੈ नेम इज़ वेरी इंपॉर्टेंट ऑफ दिस नोवल बिकॉज ऑफ द सेटिंग बिकॉज ऑफ द पब्लिशिंग ईयर बिकॉज ऑफ द फे इट्स फेम एंड बिकॉज इट्स इज शॉर्ट लिस्टड इट वॉज शॉर्ट लिस्टड फॉर द बुकर प्राइज ठीक है फोकसड ऑन लैंग्वेज किसी एक भाषा जो कि खत्म हो रही थी उस टाइम तो उर्दू भाषा उस दे पतन की गल तो उस दे बारे जो कंसर्न दिखाया गया है इस नावल ਤਾਨੂੰ ਕੁਐਸਚਨ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਲੈਂਗੁਏਜ ਦੇ ਪਰ ਬੇਸ ਕਿਹੜਾ ਨੋਵਲ ਸੀ ਜਿੰਦੇ ਵਿੱਚ ਲੈਂਗੁਏਜ ਦੀ ਗੱਲ ਕੀਤੀ ਗਈ ਸੀ ਲੈਂਗੁਏਜ ਦੇ ਜੋ ਹੈ ਗਿਰਾਵਟ ਦੀ ਗੱਲ ਕੀਤੀ ਗਈ ਸੀ ਤੇ ਜਾਂ ਫਿਰ ਪੁੱਛਿਆ ਜਾ ਸਕਦਾ ਕਿ ਸ਼ਾਰਟਲਿਸਟਡ ਕਿਹੜਾ ਨੋਵਲ ਹੈ ਜਿਹੜਾ ਸ਼ਾਰਟਲਿਸਟ ਹੋਇਆ ਸੀ ਬੁਕਰ ਪ੍ਰਾਈਜ਼ ਵਾਸਤੇ ਤੇ ਤਿੰਨ ਹੋਏ ਸਨ ਚੋਂ ਇੱਕ ਇਨ ਕਸਟਡੀ ਹੈ ਇੱਕ ਫਾਸਿੰਗ ਐਂਡ ਫਿਸਟਿੰਗ ਹੈ ਤੇ ਇੱਕ ਐ ਕਲੀਅਰ ਲਾਈਟ ਆਫ ਦਿ ਡੇ ਪਬਲਿਸ਼ਿੰਗ ਇਅਰ ਵੀ ਪੁੱਛ ਸਕਦੇ ਆ ਕੈਰੈਕਟਰਸ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਜੋ ਹੈ ਨੂਰ ਸ਼ਾਹ ਜਹਾਂ بڑے ਜੋ ਹੈ ਫੇਮਸ ਉਰਦੂ ਪੋएट ਹੈ ਦੇਵਿੰਸ਼ ਸ਼ਰਮਾ ਹੈ ਜੋ ਮਿਡਲ 에ਜ ਕਾਲਜ ਪ੍ਰੋਫੈਸਰ ਹਿੰਦੀ ਲਿਟਰੇਚਰ ਦੇ ਨੇ ਮੁਰਾਦ ਜੋ ਹੈ ਆਵਾਜ਼ ਮੈਗਜ਼ੀਨ ਦਾ ਪਬਲਿਸ਼ਰ ਹੈ ਮੇਨ ਕੈਰੈਕਟਰ ਜੋ ਹੈ ਉਹ ਦਿਵਿੰਸ਼ ਸ਼ਰਮਾ ਹੈ ਦਿਵਿੰਸ਼ ਸ਼ਰਮਾ ਜੋ ਕਿ ਮਿਡਲ 에ਜ ਦਾ ਪ੍ਰੋਫੈਸਰ ਹੈ ਹਿੰਦੀ ਲਿਟਰੇਚਰ ਦਾ ਪਰ ਉਹਨੂੰ ਹਿੰਦੀ ਪੜ੍ਹਾਣੀ ਬਿਲਕੁਲ ਵੀ ਨਹੀਂ ਪਸੰਦ ਉਹ ਉਰਦੂ ਦਾ ਜੋ ਹੈ ਬਹੁਤ ਜ਼ਿਆਦਾ ਉਹਨੂੰ ਫੇਵਰ ਕਰਦਾ ਹੈ ਬਹੁਤ ਜ਼ਿਆਦਾ ਪਸੰਦ ਆਉਂਦਾ ਨੂੰ ਤਾਂ ਉਹਨੂੰ ਬੜੀ ਟੈਨਸ਼ਨ ਹੈ ਕਿ ਉਰਦੂ ਜੋ ਹੈ ਇਸ ਟਾਈਮ ਤੇ ਡੈਕਲਾਈਨ ਹੋ ਰਹੀ ਹੈ ਖਤਮ ਹੋਏ ਜਾ ਰਹੀ ਹੈ ਸੋ ਇੱਕ ਦਿਨਾਂ ਨੂੰ ਮੌਕਾ ਮਿਲਦਾ ਹੈ ਮੁਰਾਦ ਉਹਨੂੰ ਕਹਿੰਦਾ ਕਿ ਕਿਉਂ ਨਾ ਤੂੰ ਜਾ ਕੇ ਨੂਰਜਹਾਂ ਬੇਦੀ ਜੋ ਫੇਮਸ ਉਰਦੂ ਪੋਇਟ ਹਨਾ ਦੀ ਜੋ ਹੈ ਇੰਟਰਵਿਊ ਲੈ ਆ ਸੋ ਐਕਚੁਅਲ 'ਚ ਮੁਰਾਦ ਨੂੰ ਦਿਵੈਨ ਦੇ ਨਾਲ ਕੋਈ ਜ਼ਿਆਦਾ ਹਮਦਰਦੀ ਨਹੀਂ ਹੁੰਦੀ ਸੋ ਉਹ ਬਟ ਦਿਵੈਨ ਕਹਿੰਦਾ ਕਿ ਮੇਰੇ ਕੋਲ ਅੰਨੇ ਪੈਸੇ ਨਹੀਂ ਹੈਗੇ ਕਿ ਮੈਂ ਮੈਨੇਜ ਕਰ ਸਕਾਂ ਇੱਕ ਰੀਕੋਰਡਰ ਤੇ ਉਹ ਤਾਂ ਉਹ ਕਹਿੰਦਾ ਕਿ ਚਲੋ ਹੈਲਪ ਕੀਤੀ ਜਾਏਗੀ ਤੁਹਾਡੀ ਸੋ ਇਹ ਨੂਰ ਸ਼ਾਹ ਜਹਾਂ ਬੇਦੀ ਦਾ ਜੋ ਹੈ ਬੜੇ ਦਾ ਸੌਰੀ ਕੀ ਹੈ ਇੰਟਰਵਿਊ ਲੈਣ ਚਲੇ ਜਾਂਦੇ ਆ ਤੇ ਉਹਦੀ ਦੋ ਵਾਈਬਸ ਹੁੰਦੀਆਂ ਠੀਕ ਹੈ ਜੀ ਉਹ ਆਪਣਾ ਆਪਣਾ ਜੋ ਹੈ ਰੋਨਲਡੋ ਨੇ ਤੇ ਜੋ ਛੋਟੀ ਹੁੰਦੀ ਹੈ ਉਹ ਚਾਹੁੰਦੀ ਹੈ ਕਿ ਉਸ ਦੇ ਬਾਰੇ ਵਿੱਚ ਜੋ ਹੈ ਗੱਲਾਂ ਲਿਖੀਆਂ ਜਾਣ ਸੋ ਸ਼ਾਹਜਹਾਂ ਬੇਦੀ ਦੇ بڑے ਦੇ ਨਾਲ ਸੋਰੀ ਜਦੋਂ ਇੰਟਰੈਕਟ ਕਰਦੇ ਦੇਵਿੰ ਸ਼ਰਮਾ ਜੀ ਉਹਦੀ ਇੰਟਰਵਿਊ ਲੈਣ ਦੀ ਕੋਸ਼ਿਸ਼ ਕਰਦਾ ਤਾਂ ਉਹ ਦੇਖ ਸੁਣਦੇ ਹਾਂ ਨਾ ਕਿ ਕਿੰਨਾ ਜੋ ਹੈ ਰਿਚ ਹੈਰੀਟੇਜ ਉਹਨਾਂ ਦੇ ਕੋਲ ਪਿਆ ਹੈ ਬੁੱਕਸ ਦਾ ਉਰਦੂ ਦਾ ਤੇ ਕਿੰਨਾ ਕੁਝ ਪਿਆ ਹੈ ਬਟ ਸਟਿਲ ਜੋ ਹੈ ਲੈਂਗੁਏਜ ਕਿਉਂ ਡਿਕਲਾਈਨ ਹੋ ਰਹੀ ਹੈ ਇਸ ਚੀਜ਼ ਦਾ ਟੈਨਸ਼ਨ ਉਹਨੂੰ ਸਾਫ਼ ਦਿਖਾਈ ਦਿੰਦੀ ਹੈ ਤੇ ਇਸ ਚੀਜ਼ ਦੇ ਲਈ ਉਹ ਵੀ ਜੋ ਹੈ ਕੰਸਰਨ ਦਿਖਾਂਦਾ ਹੈ हाउएवर so जो है रिकॉर्ड वेडिंग हो ਨਹੀਂ ਪਾਂਦੀ ਹੈ ਪ੍ਰੋਪਰਲੀ ਸੋ ਅਗੇਨ ਜੋ ਹੈ ਉਹਨੂੰ ਪੈਸੇ ਵੀ ਦੇਵੇ ਇਹਨੂੰ ਪਰਨੇ ਪੈ ਜਾਂਦੇ ਆ ਸੋ ਇਹ ਕੈਰੈਕਟਰਸ ਸੀਗੇ ਸਾਡੇ ਕੋਲ ਅ ਇਨਕਸਰੀ ਦੇ ਠੀਕ ਹੈ ਜੀ ਨੈਕਸਟ ਆ ਗਿਆ ਵਿਲੇਜ ਬਾਈ ਦ ਸੀ ਇਹਦੇ ਵਿੱਚ ਦੋ ਕੈਰੈਕਟਰਸ ਹੈ ਲੀਲਾ ਤੇ ਹਰੀ ਜੋ ਕਿ 13 ਸਾਲ ਦੀ ਲੜਕੀ ਤੇ 12 ਸਾਲ ਦਾ ਲੜਕਾ ਹੈ 1982 ਚ ਪਬਲਿਸ਼ ਹੋਇਆ ਸੀ ਗਾਰਡੀਅਨ ਚਿਲड्रन ਫਿਕਸ਼ਨ ਪ੍ਰਾਈਜ਼ ਇਹਨੂੰ 1983 ਦੇ ਵਿੱਚ ਮਿਲਿਆ ਸੀ ਇੱਕ ਸਾਲ ਬਾਅਦ ਮਦਰ ਐ ਦੇ ਵਿੱਚ ਹਰੀ ਮਦਰ ਐ ਫਾਦਰ ਐ ਹਰੀ ਤੇ ਲੀਲਾ ਬੇਲਾ ਤੇ ਕਮਲ ਚਾਰ ਬੱਚਿਆਂ ਦੀ ਕਹਾਣੀ ਹੈ ਜੋ ਇਹਦੇ ਵਿੱਚ ਕੀ ਹੈ ਫਾਦਰ ਜੋ ਹੈ ਉਹ ਬਿਮਾਰ ਹੈ ਮਦਰ ਵੀ ਜੋ ਹੈ ਘਰ ਦਾ ਕੰਮ ਕਰ ਪਾਰੀ ਤੇ ਚਾਰੋਂ ਬੱਚਿਆਂ ਦਾ ਪਾਲਣ ਪੋਸ਼ਣ ਬਹੁਤ ਔਖਾ ਹੋ ਰਿਹਾ ਹੈ ਤਾਂ ਹਰੀ ਲੀਲਾ ਕਿਉਂਕਿ ਦੋਨੋਂ ਵੱਡੇ ਹੈ ਤਾਂ ਇਹੀ ਜੋ ਹੈ ਕੰਮ ਕਰਦੇ ਵਕ ਕਰਦੇ ਹੈ ਸੋ ਇਹਨਾਂ ਦੇ ਵਿੱਚ ਪ੍ਰੋਬਲਮ ਦਿਖਾਈ ਗਈ ਕਿ ਕਿਵੇਂ ਇੱਕ ਬੱਚੇ ਜੋ ਹੈ ਰਿਸਪੌਂਸਿਬਿਲਟੀ ਲੈ ਰਿਹਾ ਹੈ ਘਰ ਨੂੰ ਚਲਾ ਰਿਹਾ ਹੈ ਕਿੰਨੀ ਮੁਸ਼ਕਲਾਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈ ਰਿਹਾ ਹੈ ਤਾਂ ਹਰੀ ਜੋ ਹੈ ਅਲਗ-ਅਲਗ ਤਰੀਕਿਆਂ ਚ ਚੀਜ਼ਾਂ ਵਾਚ ਰਿਪੇਅਰ ਕਰਨਾ ਹੈ ਨਾ ਉਹ ਸਭ ਚੀਜ਼ਾਂ ਜੋ ਹੈ ਸ਼ਹਿਰ ਤੋਂ ਸਿੱਖ ਕੇ ਆਂਦਾ ਹੈ ਤੇ ਪਿੰਡ ਚ ਆ ਕੇ ਜੋ ਹੈ ਟਰਾਈ ਕਰਦਾ ਹੈ ਉਹਨਾਂ ਦਾ ਵਰਕ ਕਰਨਾ ਤਾਂ ਕਿ ਉਸ ਦੇ ਘਰ ਦਾ ਜੋ ਹੈ ਪੇਟ ਪਾਲ ਸਕੇ ਸੋ ਨਾਰਮਲ ਡੋਮੈਸਟਿਕ ਲਾਈਫ ਦੇ ਉੱਪਰ ਇੱਕ ਸਟੋਰੀ ਹੈਗੀ ਹੈ ਇਹਦੀ ਪਾਵਰਟੀ ਸੋਰੋਸ ਫেসਡ ਬਾਏ ਇੰਡੀਅਨ ਫੈਮਿਲੀ ਕਿ ਇੰਡੀਅਨ ਫੈਮਿਲੀ ਨੇ ਕਿੰਨੀ ਗਰੀਬੀ ਦੇਖੀ ਹੈ ਕਿੰਨੇ ਜੋ ਹੈ ਦੁੱਖ ਦੇਖਿਆ ਉਸ ਦੀ ਕਹਾਣੀ ਦੱਸਦਾ ਹੈ ਥਲ ਵਿਲੇਜ ਦਾ ਜੋ ਹੈ ਨਾਮ ਆਂਦਾ ਹੈ ਦੇ ਵਿੱਚ ਜੋ ਕਿ ਇੰਪੋਰਟੈਂਟ ਹੈ ਕਿ ਵਿੱਚ ਨੇ ਵਿਲੇਜ ਨੇਮ ਇਜ਼ ਅ ਥਲ ਵਿਲੇਜ ਇਜ਼ ਕੇਮ ਇਨ ਵਿੱਚ ਨੋਵਲ ਆਫ ਅਨੀਤਾ ਦੇਸਾਈ ਤਾਂ ਥਲ ਵਿਲੇਜ ਆਏਗਾ ਉੱਥੇ ਜੋ ਹੈ ਫਿਸ਼ਿੰਗ ਕਰਨ ਜਾਂਦਾ ਸੀ ਹਰੀ ਮਿਸਟਰ ਪਾਨ ਵਾਲਾ ਜੋ ਹੈ ਵਾਚ ਰਿਪੇਅਰ ਜਿੰਦੇ ਕੋਲੋਂ ਹਰੀ ਸਿੱਖ ਕੇ ਆਇਆ ਸੀਗਾ ਸ਼ਹਿਰ ਜਾ ਕੇ ਕਿ ਵਾਚ ਰਿਪੇਅਰ ਦੀ ਟੈਕਨੀਕ ਸਿੱਖ ਕੇ ਆਇਆ ਸੀ नैक्सट है जी फास्टिंग फीसटिंग फासटिंग फीसटिंग दी उमा अरुणा अरुण आरुन और अनामिका अगैन ये भी जो स्टो है डि दो डिफरेंट कल्चर डिपेक्ट करती है एक इंडियन कल्चर है तो एक वैसटर्न कल्चर है टाइम जो है इन द नाइनटीन सैवंटीज है लेट नाइनटीन सेंचुरीज सैटिंग है एक छोटा जा टाउन समॉल टाउन अदर करैक्टर्स है ममा पापा ट्रा जो कि डेस्टिनी कंट्रोल करना चाहते हैं अपने बच्चे की मदर एजेंस है ਅਰਵਿੰਦ ਜੋ ਕਿ ਬੰਬੇ ਚਲਾ ਜਾਂਦਾ ਹੈ ਮੀਰਾ ਮਾਸੀ ਇਹਦੇ ਚ ਵੀ ਹੈਗੇ ਵਿਡੋ ਹੈ ਡਾਕਟਰ ਦਤ ਸੋ ਇਹ ਵੀ ਕਿਤੇ ਨਾ ਕਿਤੇ ਨਾ ਕਹਿੰਦੇ ਆ ਕਿ ਥੋੜੇ ਥੋੜੇ ਕੈਰੈਕਟਰਸ ਜੋ ਹੈ ਇਹਦੇ ਮਿਲਦੇ ਨੇ ਹੈਨਾ ਨੋਵਲਸ ਦੇ ਨਾਲ ਜੋ ਆਪਾਂ ਇੱਕ ਕਲੀਅਰ ਲਾਈਟ ਆਫ ਦਾ ਡੇ ਕੀਤਾ ਸੀ ਉਹਦੇ ਨਾਲ ਦੋ ਕੈਰੈਕਟਰਸ ਮਿਲਦੇ ਆ ਮੀਰਾ ਮਾਸੀ ਇੱਕ ਡਾਕਟਰ ਉਹਦੇ ਚ ਸੀਗਾ ਤੇ ਇੱਕ ਡਾਕਟਰ ਇਹਦੇ ਵਿੱਚ ਹੈ ਬਟ ਨਾਮ ਚੇਂਜ ਹੈ ਸੋ ਇਹਦੇ ਵਿੱਚ ਕੀ ਹੈ ਮਦਰ ਫਾਦਰ ਕੰਟਰੋਲ ਕਰਨਾ ਚਾਹੁੰਦੇ ਆਪਣੇ ਬੱਚਿਆਂ ਦੀ ਡੈਸਟੀਨੀ ਕਿ ਐ ਨਹੀਂ ਕਰਨਾ ਹੋ ਨਹੀਂ ਕਰਨਾ ਹੈ ਨਾ ਸੋ 우ਮਾ ਜੋ ਹੈ ਲੜਕੀ ਵੱਡੀ ਇਹ ਵੀ ਐਜ਼ ਇਟ ਇਜ਼ ਅਨਮੈਰੀਡ ਹੀ ਰਹਿ ਜਾਂਦੀ ਹੈ ਅਰुण ਜੋ ਹੈ ਉਹ ਆਪਣਾ ਸੈਟਲ ਹੋ ਜਾਂਦਾ ਅਨਾਮਿਕਾ ਆਪਣਾ ਜੋ ਹੈ ਸੈਟਲ ਹੋ ਅਨਾਮਿਕਾ ਦੀ ਜੋ ਹੈ ਇੱਕ ਸਬ ਪਲੌਟ ਚਲਦਾ ਹੈ ਜਿਸਦੇ ਹਸਬੰਡ ਜੋ ਹੈ ਜੋ ਉਸਦੇ ਸੋਹਰੇ ਪਰਿਵਾਰ ਨੇ ਉਹਨੂੰ ਜੋ ਹੈ ਜਲਾ ਦਿੱਤਾ ਜਾਂਦਾ ਬਰਨ ਕਰ ਦਿੱਤਾ ਹੁੰਦਾ ਹੈ ਅਰੁਨਾ ਜੋ ਹੈ ਉਸਦੀ ਵੀ ਉਹ ਆਪਣੀ ਲਾਈਫ ਚ ਖੁਸ਼ ਹੁੰਦੀ ਹੈ ਛੋਟੀ ਹੁੰਦੀ ਹੈ ਉਮਾ ਤੋਂ ਤੇ ਉਸਦੀ ਮੈਰਿਜ ਹੋ ਜਾਂਦੀ ਹੈ ਬਟ ਉਮਾ ਜੋ ਹੈ ਇਕੱਲੀ ਰਹਿ ਜਾਂਦੀ ਹੈ ਅਰຸນ ਜੋ ਹੈ ਬਾਹਰ ਸੈਟਲਡ ਆਊਨ ਹੋ ਜਾਂਦਾ ਹੈ ਸੋ ਇੱਥੇ ਜਿਵੇਂ ਉਮਾ ਦੀ ਲਨਲੀਨੈਸ ਕਿਦਾਰੇ ਦਿਖਾਈ ਹੈ ਇਹ ਸੀਗੇ ਜੀ ਨੋਵਲਸ ਜਿਹੜੇ ਇੰਪੋਰਟੈਂਟ ਸੀਗੇ ਉਹ ਆਪਾਂ ਡਿਸਕਸ ਕਰ ਲਿੱਤੇ ਆ ਪੰਜਾਬੀ ਮਾਸਟਰ ਐਂਡ ਮਿਸਟਰਸ ਕੈਡਰ ਹਿੰਦੀ ਮਾਸਟਰ ਐਂਡ ਮਿਸਟਰ ਕੈਡਰ ਐਸਐਸਟੀ ਮਾਸਟਰ ਐਂਡ ਮਿਸਟਰਸ ਕੈਡਰ ਦੇ ਨਵੇਂ ਬੈਚਸ ਚੱਲ ਰਹੇ ਨੇ ਤੇ ਤੁਸੀਂ ਉਹਨਾਂ ਦੇ ਡੈਮੋ ਦੇਖਣਾ ਚਾਹਦੇ ਹੋ ਤਾਂ ਟੈਕ ਬਜ਼ਰ ਦੀ ਐਪ Google Play Store ਤੋਂ ਹੁਣੇ ਇੰਸਟਾਲ ਕਰ ਲਓ ਠੀਕ ਹੈ ਜੀ ਜਿਹੜੇ ਬਹੁਤ ਜ਼ਿਆਦਾ ਇੰਪੋਰਟੈਂਟ ਸੀ ਉਹ ਮੈਂ ਪੂਰੇ ਡਿਟੇਲ ਦੇ ਵਿੱਚ ਜੋ ਹੈ ਤੁਹਾਨੂੰ ਡਿਸਕਸ ਕੀਤਾ ਜਿਨ੍ਹਾਂ ਦੇ ਵਿੱਚ ਜੋ-ਜੋ ਚੀਜ਼ਾਂ ਇੰਪੋਰਟੈਂਟ ਹੈ ਪੁੱਛੀਆਂ ਜਾਂਦੀਆਂ ਨੇ ਪਿਛਲੇ ਪੇਪਰਜ਼ ਵਿੱਚ ਉਹ ਉਹ ਸਭ ਆਪਾਂ ਡਿਸਕਸ ਕੀਤਾ ਸਾਡੇ ਫ੍ਰੀ WhatsApp ਗਰੁੱਪਸ ਦਾ ਹਿੱਸਾ ਬਣਨ ਲਈ ਤੁਹ ਇਸ ਫਾਰਮੈਟ ਚ ਮੈਸੇਜ ਭੇਜਣਾ ਪਏਗਾ ਆਪਣਾ ਨਾਮ ਸ਼ਹਿਰ ਕੋਰਸ ਮੇਲ ਹੋਇਆ ਫੀਮੇਲ ਹੋ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਜੀ ਤੁਸੀਂ ਸਾਨੂੰ ਪਲੀਜ਼ ਲਾਈਕ ਕਰ ਸਕਦੇ ਹੋ YouTube ਤੇ ਠੀਕ ਹੈ ਸਾਨੂੰ ਤੁਸੀਂ ਫੋਲੋ ਕਰ ਸਕਦੇ ਹੋ Instagram ਤੇ Facebook ਤੇ ਫ੍ਰੀ ਨੇ ਸਾਡੇ ਡੈਮੋ ਸਾਡੀ ਐਪ ਤੁਸੀਂ ਦੇਖੋ Play Store ਤੋਂ ਤੇ ਅਗਰ ਤੁਹਾਡਾ ਮਨ ਮਰਦਾ ਹੈ ਬੰਦਾ ਹੈ ਕਿ ਕੋਈ ਵੀ ਤੁਸੀਂ ਕੋਰਸ ਜੁਆਇਨ ਕਰਨਾ ਹੈ ਤਾਂ ਯੂ ਕੈਨ ਜੁਆਇਨ ਦ ਕੋਰਸ यू कैन ज्वाइन अर टेलीग्राम चैनल यू कैन फॉलो अस ऑन इंस्टाग्राम यू कैन लाइक अवर पेज फेसबुक पेज सारे के सारे लिंक्स थोड़े स्क्रीन थो शो हो रहे हैं यू कैन सब्सक्राइब लाइक एंड शेयर अवर चैनल प्रेस द बेल आइकन एंड थैंक यू सो मच